ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਬਲਬੀਸ ਸਟੋਰ ਪੋਸਟ ਆਫਿਸ ਜੋਂਗ ਮੋਡਲ ਟਾਊਨ ਲੁਧਿਆਣਾ ਤੋਂ ਬੋਲ ਰਹੇ ਹਾਂ ਜੀ ਔਰ ਕੱਲ ਤੁਹਾਨੂੰ ਸੀ ਆਪਣੇ ਨਵੇਂ ਵੀਡੀਓਜ਼ ਦਿਖਾਈ ਸੀਗੇ ਜੀ ਕਾਟਨ ਔਰ ਪਾਰਟੀ ਵੇਅਰ ਸੂਟਸ ਦੀਆਂ ਉਹਨਾਂ 'ਚੋ ਕਾਫੀ ਅੱਛਾ ਰਿਸਪੌਂਸ ਰਿਹਾ ਸੋ ਉਹੀ ਕਸਟਮਰ ਦੇ ਫੀਡਬੈਕ ਦੇ ਵਿੱਚ ਤੁਹਾਨੂੰ ਅੱਜ ਸਮਰ ਕਾਟਨ ਦੇ ਵਿੱਚ ਹੋਰ ਸੂਟ ਦਿਖਾਉਣ ਜਾ ਰਹੇ ਹਾਂ ਡਿਜ਼ਾਈਨਰ ਸੂਟਸ ਹੈਗੇ ਨੇ ਜੀ ਅੱਜ ਦੇ ਵੀ ਸੇਮ ਜਿਵੇਂ ਤੁਹਾਨੂੰ ਕੱਲ ਕੁਆਲਿਟੀ ਦਿਖਾਈ ਸੀ ਸੇਮ ਕੁਆਲਿਟੀ ਅੱਜ ਦਿਖਾਵਾਂਗੇ ਬਟ ਅੱਜ ਦੇ ਡਿਜ਼ਾਈਨਸ ਨੇ ਬਿਲਕੁਲ ਕੱਲ ਨਾਲੋਂ ਡਿਫਰੈਂ ਸੋ ਪ्योर ਦੇ ਸਮਰ ਦੇ ਕਾਟਨ ਦੇ ਸੂਟਸ ਦਿਖਾਉਣ ਜਾ ਰਹੇ ਹਾਂ ਜੀ ਅੱਜ ਤੁਹਾਨੂੰ तकरीबन ਡਿਜ਼ਾਈਨਸ ਵੀ ਕਾਫੀ ਅੱਛੇ-ਅੱਛੇ ਹੈਗੇ ਨੇ ਅੱਜ ਮੇਰੀ ਰਿਕੁਐਸਟ ਹੈ ਸਾਰੇ ਈਵਰਸ ਨੂੰ ਕਿ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੀਓ ਅੱਜ ਡਿਜ਼ਾਈਨਸ ਕਾਫੀ ਅੱਛੇ ਆਏ ਹੋਏ ਨੇ ਔਰ ਜਿਨਾਂ ਨੂੰ ਵੀ ਕਾਟਨ ਸੂਟਸ ਦੀ ਰਿਕੁਆਇਰਮੈਂਟ ਹੈ ਉਹਨਾਂ ਦਾ ਕਾਫੀ ਅੱਛਾ ਅੱਜ ਹੋ ਸਕਦਾ ਹੈ ਜੀ ਤੁਸੀਂ ਆਰਡਰ ਕਰ ਸਕਦੇ ਹੈਗੇ ਹੋ ਕੁਝ तकरीबन ਜੀ ਅੱਜ ਵੀਡੀਓ ਵਿੱਚ ਆਰਟਿਕਲਸ ਵੀ ਜ਼ਿਆਦਾ ਹੋਣਗੇ ਵੀਡੀਓ ਹੈਗੀ ਵੀ ਥੋੜੀ ਜੀ ਲੈਂਥੀ ਹੋਏਗੀ ਆਪਣੀ बट वील ट्राई तो जिन्नी अपना टाइम सेव करके आप वो तो वजी आर्टिकल्स टाइम सेव दिखा सकी है। और अज की वीडियो अगेन दस रहे जी सारे समर के कॉटन सूट्स हो गए साहू तो पता है जी जो तो थ्री नंबर ने एक बार फिर तो दिखा देना थोड़ा तो थ्री नंबर जे तो वट्सएपे अवेलेबल ने ऑर्डर प्लेस करने लिए कल भी काफ़ी अच्छा सूर्न रिसपोंस रहा जी अब सेम अक्सपैक्ट कर रहे हैं यही थ्री नंबर अवेलेबल ने वट्सएपे कोई भी एक नंबर अपने फोन पर सेव करके जो भी आर्टल तुम अच्छा लगे ਉਹਦਾ ਸਕਰੀਨਸ਼ਾਟ ਤੁਸੀਂ ਉਹ ਨੰਬਰਸ ਤੇ ਭੇਜ ਕੇ ਬੁੱਕ ਕਰ ਸਕਦੇ ਹੋ ਆਪਣੇ ਆਰਟੀਕਲਸ ਡਿਲੀਵਰੀਜ਼ ਆਰ ਅਵੇਲੇਬਲ ਵਰਲਡਵਾਈਡ ਤੁਸੀਂ ਕਿਤੇ ਵੀ ਬਾਹਰ ਕੇ ਕਿਸੇ ਵੀ ਕੰਟਰੀ ਚੋਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਟਿਚਿੰਗ ਸਰਵਿਸਿਜ਼ ਆਰ ਆਲਸੋ ਅਵੇਲੇਬਲ ਉਹਦੇ ਵੀ ਤੁਸੀਂ ਅਗਰ ਇਨਫੋਰਮੇਸ਼ਨ ਲੈਣੀ ਚਾਹੋ ਤਾਂ ਇਹ ਨੰਬਰਸ ਤੇ ਲੈ ਸਕਦੇ ਹੋ ਤੁਹਾਨੂੰ ਪ੍ਰੋਪਰ ਗਾਈਡੈਂਸ ਮਿਲੇਗੀ ਆਲਸੋ ਪੇਮੈਂਟ ਆਪਸ਼ਨਸ ਆਰ ਅਵੇਲੇਬਲ ਥਰੂ Google Pay Paytm Net Banking MoneyGram ਜਾਂ ਫਿਰ Remitly ਐਪ ਤੋਂ ਤੁਸੀਂ ਆਪਣੀ ਪੇਮੈਂਟਸ ਕਰਵਾ ਸਕਦੇ ਹੋ ਮੈਂ ਕੁਰੀ ਪੇਮੈਂਟ অপਸ਼ਨਸ ਰਿਪੀਟ ਕਰ ਰਹੇ ਹਾਂ ਜੀ Google Pay, Paytm, Net Banking, MoneyGram and Remitly app ਤੁਸੀਂ ਇਸ ਤਰ੍ਹਾਂ ਦੇ ਸਾਰੇ ਯੂਜ਼ ਕਰ ਸਕਦੇ ਹੋ ਜੋ ਵੀ ਅੱਜ ਕੱਲ੍ਹ ਚੱਲ ਰਹੇ ਨੇ ਐਪਸ 3 ਨੰਬਰਸ ਇਕਵਰੀ ਕੋਈ ਵੀ ਇੱਕ ਨੰਬਰ ਤੁਸੀਂ ਜ਼ਰੂਰ ਸੇਵ ਕਰ ਲਓ ਜੀ ਕੁਝ ਬਹੁਤ ਜ਼ਰੂਰੀ ਨੇ ਨੰਬਰਸ ਸੇਵਲੇ ਆਰਡਰ ਪਲੇਸ ਕਰਨਾ ਹੈ ਤਾਂ ਹੀ ਨੰਬਰਸ ਤੀ ਹੋਏਗਾ ਤੁਹਾਡਾ ਅੱਜ ਤੇ ਤੁਹਾਨੂੰ ਦਿਖਾਵਾਂਗੇ ਜੀ ਪਹਿਲਾਂ ਫਿਰ ਫਰਸਟ ਵੀਡੀਓ ਹੈਗੀ ਹੈ ਤੁਹਾਨੂੰ ਹੁਣ ਫਿਲਹਾਲ ਸ਼ੁਰੂ ਕਰਨ ਲੱਗੇ ਆਂ ਆਰਟੀਕਲ ਜਾਣਗੇ ਸਮਰ ਦੇ ਕਾਟਨ ਸੂਟਸ ਸਾਰੇ ਬਿਲਕੁਲ ਬ੍ਰਾਂਡ ਨਿਊ ਡਿਜ਼ਾਈਨਸ ਹਨਗੇ ਬਿਲਕੁਲ ਅਲੱਗ-ਅਲੱਗ ਐਕਸਕਲੂਸਿਵ ਵੇਅਰ ਹੈਗੇ ਨੇ ਸੋ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੀਓ ਔਰ ਜੇਨ ਨੂੰ ਵੀ ਵੀਡੀਓ ਦਾ ਕੰਟੈਂਟ ਔਰ ਸੂਟਸ ਅੱਛੇ ਲੱਗ ਰਹੇ ਹੋਣ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਮੈਂਸ਼ਨ ਕਰਨਾ ਜੀ ਤੁਹਾਨੂੰ ਜੋ ਅੱਛਾ ਲੱਗ ਰਿਹਾ ਹੋਵੇ ਆਲਸੋ ਤੁਸੀਂ ਆਪਣੇ ਫੈਮਲੀ ਜਾਂ ਫਰੈਂਡਸ ਨੂੰ ਵੀ ਟੈਗ ਕਰ ਸਕਦੇ ਹੋ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਤਾਂ ਕਿ ਉਹ ਵੀ ਇਸ ਤਰ੍ਹਾਂ ਦੀ ਵੈਰਾਈਟੀ ਦੇਖ ਸਕਣ ਸ਼ੁਰੂ ਕਰ ਰਹੇ ਹਾਂ ਜੀ ਅੱਜ ਦੇ ਪਹਿਲੇ ਆਰਟੀਕਲ ਤੋਂ ਫਰਸਟ ਆਰਟੀਕਲ ਪਿਓਰ ਕਾਟਨ ਦੇ ਵਿੱਚ ਆਏਗਾ ਵਿਦਆਊਟ ਲਾਈਨਿੰਗ ਫੈ ਪਿਓਰ ਕਾਟਨ ਦੇ ਵਿੱਚ ਜੀ ਸਕਾਈ ਕਲਰ ਦਾ ਪੀਸ ਆਏਗਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਦੇ ਉੱਤੇ વોਟਰ ਕਲਰ ਫੀਲ ਦੇ ਵਿੱਚ ਸਾਰੀ ਪ੍ਰਿੰਟਿੰਗ ਆਏਗੀ ਇਹਦੇ ਵਿੱਚ ਦੇਖ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਸਕਾਈ ਕਲਰ ਦੇ ਉੱਤੇ ਬਿਊਟੀਫੁਲ ਕਲਰਸ ਦੇ ਨਾਲ ਸਾਰੀ ਇਸ ਤਰ੍ਹਾਂ ਪ੍ਰਿੰਟਿੰਗ ਆਏਗੀ ਲੁੱਕ ਪੂਰੀ ਹੈਗੀ વોਟਰ ਕਲਰ ਦੀ ਸੋਹਣੇ ਸੋਹਣੇ ਵਾਈਬਰੈਂਟ ਕਲਰਸ ਯੂਜ਼ ਕੀਤੇ ਹੋਏ ਨੇ ਵਿਦਆਊਟ ਲਾਈਨਿੰਗ ਫੈਬਰਿਕ ਹੈਗੇ ਜੀ ਪਿਓਰ ਕਾਟਨ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਲਾਈਨਿੰਗ ਲਗਵਾਉਣ ਦੀ ਲੋੜ ਨਹੀਂ ਪਵੇਗੀ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਦੀ ਸੇਮ ਬੈਕ ਬਣੀ ਹੋਈ ਹੈ ਫਰੰਟ ਬੈਕ ਦੋਨੋਂ ਸੇਮ ਹੈ ਇਹ ਜਿਹੜੀ ਬਾਟਮ ਹੈ ਜੋ ਵੀ ਬਹੁਤ ਸਪੈਸ਼ਲ ਹੈ ਬਾਟਮ ਦੇ ਵਿੱਚ ਦੇਖ ਸਕਦੇ ਹੋ ਸੇਮ ਪ੍ਰਿੰਟਿੰਗ ਸੈਲਫ ਵਿੱਚ आएगी ਜੀ ਸੋ ਬਾਟਮ ਯਾਨੀ ਕਿ ਸੈਲਫ ਪ੍ਰਿੰਟਿੰਗ ਵਿੱਚ आएगी ਸਕਾਈ ਕਲਰ ਦੀ ਔਰ ਇਹਦੇ ਨਾਲ ਜਿਹੜਾ ਹੈਗਾ ਦੁਪੱਟਾ ਦੁਪੱਟਾ ਆਏਗਾ ਪਿਓਰ ਸ਼ਿਫੋਨ ਦਾ ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ ਜੀ ਸਾਰੀ ਪ੍ਰਿੰਟਿੰਗ ਦੇ ਵਿੱਚ ਬਿਊਟੀਫੁੱਲ ਦੁਪੱਟਾ ਹੈਗਾ ਪੱਲੇ ਬਹੁਤ ਸਮਾਰਟ ਬਣਿਆਣਗੇ ਪ੍ਰਿੰਟਿੰਗ ਦੇ ਵਿੱਚ ਔਰ ਨਾਲ ਸਾਰੀ ਇਸ ਤਰ੍ਹਾਂ ਪ੍ਰਿੰਟਿੰਗ ਹੈਗੀ ਹੈ ਸੂਟ ਦੇ ਵਿੱਚ ਬਹੁਤ ਪਿਆਰਾ ਹੈ ਸਾਰਾ ਪ੍ਰਿੰਟਿੰਗ ਦੇ ਵਿੱਚ ਕਨਸੈਪਟ ਆਏਗਾ ਜੀ ਪਿਓਰ ਕਾਟਨ ਦਾ ਪੀਸ ਹੈਗਾ ਨਾਲ ਪਿਓਰ ਕਾਟਨ ਦੀ ਬਾਟਮ ਆਏਗੀ ਆਈਟਮ ਨੰਬਰ ਸਾਡੀ ਅੱਜ ਦੀ ਫਰਸਟ ਹੈਗੀ ਹੈ ਜੀ ਰੇਂਜ ਇਹਦੀ ਆਏਗੀ 2480 2480 ਦੀ ਰੇਂਜ ਪੀਸ ਆਏਗਾ ਜੀ ਆਈਟਮ ਨੰਬਰ ਫਰਸਟ ਹੈ ਸਾਡੀ ਅੱਜ ਦੀ ਜਿਹੜੇ ਸਾਡੇ ਨਾਲ ਅੱਜ ਨਵੇਂ ਵਿਊਅਰਸ ਜੁੜ ਰਹੇ ਜੀ ਇੱਕ ਵਾਰੀ ਸਭ ਨੂੰ ਫਿਰ ਤੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੁਰੂ ਕਰਨ ਤੋਂ ਪਹਿਲਾਂ ਜੀ ਵੀਡੀਓ ਤੁਹਾਨੂੰ ਫਰਸਟ ਆਰਟੀਕਲ ਦਿਖਾ ਰਹੇ ਹਾਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਤੁਸੀਂ ਆਰਡਰ ਕਿਸ ਤਰ੍ਹਾਂ ਪਲੇਸ ਕਰਨਾ ਹੈ ਆਪਣਾ ਕੋਈ ਵੀ ਆਰਟੀਕਲ ਜੋ ਤੁਹਾਨੂੰ ਅੱਛਾ ਲੱ ਉਹਨੂੰ ਪ੍ਰਾਈਸ ਸਾਹਮਣੇ ਮੈਂਸ਼ਨ ਕਰ ਰਹੇ ਹਾਂ ਜੀ ਅਸੀਂ ਸਕਰੀਨਸ਼ਾਟ ਕਲਿੱਕ ਕਰਕੇ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਪੇਜ ਸਕਦੇ ਹੋ ਆਰਡਰ ਪਲੇਸ ਕਰਨ ਦੇ ਲਈ ਨੈਕਸਟ ਚਲੋ ਭਾਜੀ ਨੈਕਸਟ ਹੁਣ ਤੁਹਾਨੂੰ ਅਸੀਂ ਦਿਖਾਣਗੇ ਜੀ ਬ੍ਰਾਂਡਡ ਆਰਟੀਕਲ ਆਏਗਾ ਗੰਗਾ ਦਾ ਕਾਫੀ ਅੱਛਾ ਫੇਮਸ ਬ੍ਰਾਂਡ ਹੈ ਜੀ ਕਾਫੀ ਸਾਡੇ ਕਸਟਮਰਸ ਲਾਈਕ ਕਰਦੇ ਐਸ ਬ੍ਰਾਂਡ ਨੂੰ ਕਿਉਂਕਿ ਇਹਨਾਂ ਦੇ ਫੈਬਰਿਕਸ ਉਹ ਜਿਹੜੇ ਕਲਰ ਮੈਚਿੰਗ ਵਗੈਰਾ ਬਹੁਤ ਅੱਛੀ ਆਂਦੀ ਹੈ ਇਹ ਪ੍ਰੀਮੀਅਮ ਸਾਰੀ ਡਿਜ਼ਾਈਨਿੰਗ ਆਏਗੀ ਜੀ ਪ੍ਰੀਮੀਅਮ ਸਾਰੀ ਕਲਰ ਮੈਚਿੰਗ ਹੈ ਨਾਲ ਵਿਦ ਹੈਂਡਵਰਕ ਵਿੱਚ ਪੀਸ ਆਏਗਾ ਲਾਈਟ weight ਹੈਂਡ ਲੋ ਜੀ ਦੇਖ ਸਕਦੇ ਹੋ ਤੁਹਾਨੂੰ ਪ੍ਰੋਪਰਲੀ ਮੈਂ ਹੁਣ ਦਿਖਾ ਰਿਹਾ ਜੀ ਇਸ ਤਰ੍ਹਾਂ ਇਹਦੇ ਵਿੱਚ ਜਿਹੜਾ ਕੇਰਾ ਬਣਿਆ ਹੋਇਆ ਹੈ ਕੇਰਾ ਬਹੁਤ ਸਮਾਰਟ ਹੈ ਕੰਟਰਾਸਟ نیچے ਕੇਰਾ ਆਏਗਾ ਵਿਦ ਹੈਂਡਵਰਕ ਬਿਲਕੁਲ ਡੈਲੀਗੇਟ ਜਿਹਾ ਬਿਲਕੁਲ ਇੰਟ੍ਰੀਗਰ ਜਿਹਾ ਹੈਂਡਵਰਕ ਆਏਗਾ ਜੀ ਜ਼ਿਆਦਾ ਇਹਦੇ ਵਿੱਚ ਹੈਵੀ ਨਹੀਂ ਕੀਤਾ ਹੋਇਆ ਸਾਰਾ ਇਸ ਤਰ੍ਹਾਂ نیچے ਕੇਰਾ ਆਏਗਾ ਕੰਟਰਾਸਟ ਬਣਿਆ ਹੋਇਆ ਸਾਰੀ ਸ਼ਰਟ ਤੇ ਦੇਖ ਸਕਦੇ ਹੋ ਬੜਾ ਸੋਹਣਾ ਜਾ ਲੱਗਾ ਪਿੰਕ ਕਲਰ ਦਾ ਪਿੰਕ ਐਂਡ ਪੀਚ ਕਰਦਾ ਸਾਰਾ ਜਾ ਰਾਏਗਾ ਗ੍ਰੇ ਕਲਰ ਦੀ ਪ੍ਰਿੰਟਿੰਗ ਹੈ ਆਲਮੋਸਟ ਕਾਨੀ ਪ੍ਰਿੰਟਿੰਗ ਹੈ ਜੀ ਸਾਰੀ ਸ਼ਰਟ ਤੇ ਔਰ ਨਾਲ ਨੈਕ ਦੇਖ ਸਕਦੇ ਹੋ ਬਹੁ ਕੰਟਰਾਸਟ ਨੇਕ ਹੈ ਜੀ ਬਹੁਤ ਪਿਆਰਾ ਬਣਿਆ ਹੋਇਆ ਇਹ ਲੋਕ ਆਏਗੀ ਸਾਰੀ ਸ਼ਰਟ ਦੀ ਔਰ ਜਿਵੇਂ ਤੁਸੀਂ ਸ਼ਰਟ ਦਾ ਫਰੰਟ ਦੇਖਿਆ ਜੀ ਬੈਕ ਵੀ ਬਿਲਕੁਲ ਸੇਮ ਆਏਗਾ ਸੋ ਫਰੰਟ ਬੈਕ ਦੋਨੋਂ ਸੇਮ ਪ੍ਰਿੰਟਡ ਹੈਗਾ ਤੁਹਾਨੂੰ 슬ੀਵਜ਼ ਦਾ ਫੈਬਰਿਕ ਅਲੱਗ ਮਿਲੇਗਾ ਇਹਦੇ ਨਾਲ ਬਾਟਮੇ ਦੀ ਆਏਗੀ ਜੀ ਇਸ ਤਰ੍ਹਾਂ ਪਿਓਰ ਕਾਟਨ ਦੀ ਪਿੰਕ ਕਲਰ ਦੀ ਔਰ ਨਾਲ ਦੁਪੱਟਾ ਆਏਗਾ ਪਿਓਰ ਸ਼ਿਫੋਨ ਦਾ ਇਸ ਤਰ੍ਹਾਂ ਦੇਖੋ ਜੀ ਜਿਵੇਂ ਕਸਟਮਰ ਦੀ ਡਿਮਾਂਡ ਹੁੰਦੀ ਹੈ ਤੁਹਾਨੂੰ ਉਸ ਤਰ੍ਹਾਂ ਦੀ ਹੀ ਚੀਜ਼ਾਂ ਮਿਲਣਗੀਆਂ ਤਾਂਖੋ ਜਿਵੇਂ ਦੁਪੱਟਾ ਮਿਲ ਰਿਹਾ ਤੁਹਾਨੂੰ ਦੀਜ਼ ਆਰ ਦ ਥਿੰਗਸ ਥੈਟ ਆਰ ਕਲਾਈਂਟਸ ਡਿਮਾਂਡ ਫਰਮ ਅਸ ਕੀ ਤੁਹਾਨੂੰ ਚੁੰਨੀ ਸਾਨੂੰ ਪਿਓਰ ਦੀ ਚਾਹੀਦੀ ਹੈ ਦੁਪੱਟੇ ਪਿਓਰ ਦੇ ਚਾਹੀਦੇ ਨੇ ਸੋ ਉਹ ਦੇ ਅਕੋਰਡਿੰਗ ਹੀ ਤੁਹਾਨੂੰ ਦਿਖਾ ਰਹੀਆਂ ਗਿਆ ਪ੍ਰਿੰਟਡ ਦੁਪੱਟਾ ਆਏਗਾ ਸ਼ਿਫੋਨ ਦਾ ਪਿਓਰ ਦਾ ਇਹ ਸਾਰੇ ਪੀਸ ਦੀ ਲੁੱਕ ਆਏਗੀ ਜੀ ਬਹੁਤ ਪਿਆਰਾ ਪੀਸ ਆਏਗਾ ਬ੍ਰਾਂਡਡ ਹੈ ਵਾਲਾ ਆਈਟਮ ਨੰਬਰ ਸਾਡੀ IC 2 ਹੈ ਜੀ ਰੇਂਜ ਬਹੁਤ ਅੱਛੀ ਹੈ ਜੀ ਸਿਰਫ 2170 ਹੈ ਜੀ 2170 ਦਾ ਪ੍ਰਾਈਸ ਹੈਗਾ ਜੀ ਆਈਟਮ ਨੰਬਰ 2 ਹੈ ਸਾਡੀ ਅੱਜ ਦੀ ਨੈਕਸਟ ਚਲੋ ਭਾਜੀ ਸੁਰਵੀ ਵਰਮਾ ਜੀ ਸਤਿ ਸ਼੍ਰੀ ਅਕਾਲ ਮੈਮ ਸਟਿਚਿੰਗ অপਸ਼ਨਸ ਆਰ ਆਲਸੋ ਅਵੇਲੇਬਲ ਸਾਡੇ ਕੋਲ ਸਟਿਚਿੰਗ ਸਰਵਿਸਿਜ਼ ਅਵੇਲੇਬਲ ਨੇ ਉਹਨਾਂ ਦੀ ਵੀ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਇਨਕੁਆਇਰੀ ਤੁਸੀਂ ਡਾਲ ਸਕਦੇ ਹੋ ਸਾਡੇ ਨੰਬਰਸ ਦੇ ਉੱਤੇ shruti mahati ji sat sri akal amandeep ji sat sri akal thank you so much ਤੁਹਾਡੇ ਸਾਰੇ ਤੇ ਕਮੈਂਟਸ ਲਈ ਜੀ ਬਾਕੀ ਸਾਰੇ ਵੀ ਜਿਹੜੇ ਈਵਿਓਜ਼ ਦੇਖ ਰਹੇ ਸੀ ਸਭ ਨੂੰ ਬਹੁਤ ਇੱਕ ਵਾਰੀ ਰਿਕੁਐਸਟ ਹੈ ਕਿ ਤੁਹਾਨੂੰ ਅਗਰ ਕੰਟੈਂਟ ਅੱਛਾ ਲੱਗ ਰਿਹਾ ਤੁਸੀਂ ਨਾਲ ਦੇ ਨਾਲ ਆਪਣੇ ਫੈਮਿਲੀ ਫਰੈਂਡਸ ਨੂੰ ਨੀਚੇ ਟੈਗ ਕਰ ਸਕਦੇ ਹੋ ਨੈਕਸਟ ਉਹਨੂੰ ਦਿਖਾ ਰਹੇ ਹਾਂ ਜੀ ਬਲੈਕ ਕਲਰ ਦਾ ਆਰਟੀਕਲ ਆਏਗਾ ਇਸ ਵਾਈਟ 컬러 ਦਾ ਹੈਗਾ कलर कॉम्बिनेशन ब्लैक एंड वाइट कलर ਦਾ ساری ਜਿਹੜੀ प्रिंटिंग ਹੈ ਜੀ ਇਸ ਤਰ੍ਹਾਂ ਸਟ੍ਰਾਈਪਸ ਦੇ ਵਿੱਚ ਆਏਗੀ ਨਾਲ ਜਿਹੜਾ ਗਲਾ ਬਣਿਆ ਹੋਇਆ ਜਿਵੇਂ ਅੱਜ ਕੱਲ ਚੱਲ ਰਿਹਾ ਜੀ ਡਿਜ਼ਾਈਨਸ ਲੇਸਿਸ ਵਾਲੇ ਸੋ ਗਲਾ ਸਾਰਾ ਲੇਸਿਸ ਵਾਲਾ ਆਏਗਾ ਜੀ ਇਸ ਤਰ੍ਹਾਂ ਪਾਕਿਸਤਾਨੀ ਸਟਾਈਲ ਦੇ ਵਿੱਚ ਬਹੁਤ ਪਿਆਰਾ ਹੈ ਦਾ ਗਲਾ ਬਣਿਆ ਜੀ ਨਾਲ ਗੋਟਾ ਪਤੀ ਦੀ ਸਾਰਾ ਹਾਈਲਾਈਟ ਕੀਤੀ ਹੋਈ ਹੈ ਇਹ ਲੋਕਾਣੀਆਂ ਸਾਰੇ ਪੀਸ ਦੀ ਇਹਦੇ ਨਾਲ ਜਿਹੜਾ ਬੈਕ ਹੈ ਜੀ ਬੈਕ ਵੀ ਸੇਮ प्रिंटेड ਆਏਗਾ ਇਹਦੇ ਨਾਲ ਜਿਹੜੀ ਬਾਟਮ ਹੈ दैट वी आर गिविंग यू ਕੰਟਰਾਸਟ ਵਾਈਟ ਕਲਰ ਦੀ ਬਾਟਮ ਆਏਗੀ ਵਿਦ ਐਮਬਰਾਇਡਰੀ ਚਿਕਨ ਦੀ ਐਮਬਰਾਇਡਰੀ ਆਏਗੀ ਬਾਟਮ ਦੇ ਵਿੱਚ ਦੇਖ ਸਕਦੇ ਹੋ ਜੀ ਬਹੁਤ ਪਿਆਰੀ ਚਿਕਨ ਕਰੀ ਦੀ ਸਾਰੀ ਬਾਟਮ ਦੇ ਵਿੱਚ ਐਮਬਰਾਇਡਰੀ ਕੀਤੀ ਹੋਈ ਹੈ ਹੁਣ ਜੋ ਇਹਦਾ ਬੈਸਟ ਪਾਰਟ ਹੈ ਜੀ ਤੁਹਾਨੂੰ ਦਿਖਾਉਣ ਲੱਗੇ ਹਾਂ ਇਸ ਸੂਟ ਦੇ ਵਿੱਚ ਜੋ ਸਭ ਤੋਂ ਬੈਸਟ ਚੀਜ਼ ਹੈਗੀ ਹੈ ਉਹ ਇਹਦਾ ਦੁਪੱਟਾ ਆਏਗਾ ਪਿਓਰ ਕੋਟਾ ਡੋਰੀਆ ਦਾ ਬਿਊਟੀਫੁਲ ਦੁਪੱਟਾ ਹੈ ਜੀ ਕੋਟਾ ਡੋਰੀਆ ਦਾ ਕਰੀਮ ਕਲਰ ਦਾ ਦੁਪੱਟਾ ਆਏਗਾ ਜਿਹਦੇ ਵਿੱਚ ਵਨ ਸਾਈਡ ਡਿਜ਼ਾਈਨਰ ਸਾਰੀ ਐਮਬਰਾਇਡਰੀ ਕੀਤੀ ਹੋਈ ਹੈ ਇਸ ਦਾ ਵਨ ਸਾਈਡ ਦੇ ਉੱਤੇ ਸਾਰੀ ਦੇਖ ਸਕਦੇ ਹੋ ਸਕੈਲਪਿੰਗ ਵਰਕ ਆਏਗਾ ਨਾਲ ਇਸ ਰੇਸ਼ਮ ਔਰ ਵਨ ਸਾਈਡ ਦੇ ਤੋਂ ਸਲਿਮ ਬਾਰਡਰ ਹੈਗਾ ਜੀ ਸੋ ਡਿਜ਼ਾਈਨਰ ਦੁਪੱਟਾ ਹੈ ਵਨ ਸਾਈਡ ਹੈਵੀ ਦੇ ਵਿੱਚ ਇਸ ਤਰ੍ਹਾਂ ਸਾਰੇ ਪੀਸ ਦੀ ਲੁੱਕ ਆਏਗੀ ਦੇਖਸੇ ਉਹਦੇ ਮਾ ਪ੍ਰੋਪਰ ਗਲੇ ਦੇ ਨਾਲ ਬਹੁਤ ਸੋਹਣਾ ਡਿਜ਼ਾਈਨਰ ਕਨਸੈਪਟ ਹੈਗਾ ਜੀ ਇਹ ਵਾਲਾ ਆਈਟਮ ਨੰਬਰ ਸਾਡੀ ਅੱਜ ਦੀ ਕੀ ਹੈ ਜੀ 3 ਅੱਜ ਦੀ ਔਰ ਇਹਦੀ ਰੇਂਜ ਆਏਗੀ 2300 ਦੀ 2300 ਪ੍ਰਾਈਸ ਹੈ ਜੀ ਇਹਦਾ ਆਈਟਮ ਨੰਬਰ 3 ਹੈ ਸਾਡੀ ਅੱਜ ਦੀ ਨੈਕਸਟ ਚਲੋ ਭਾਜੀ ਨੈਕਸਟ ਆਨੋਂਡ ਕਹਿੰਦੇ ਜੀ ਲੇਮਨ ਸ਼ੇਡ ਦੇ ਵਿੱਚ ਬਹੁਤ ਹੀ ਪਿਆਰਾ ਕਨਸੈਪਟ ਹੈ ਵਾਲਾ ਬਲੌਕ ਪ੍ਰਿੰਟਿੰਗ ਦਾ ਲੌਂਗ ਸ਼ਰਟ ਬਣ ਕੇ ਆਉਂਦੀ ਹੈ ਲੇਸਿਸ ਵਾਲਾ ਬਟਨ ਹੈ ਵੀ ਅੱਜ ਕੱਲ ਲੇਸਿਸ ਦੇ ਡਿਜ਼ਾਈਨਸ ਕਾਫੀ ਚੱਲ ਰਹੇ ਜੀ ਲੌਂਗ ਪਾਕਿਸਤਾਨੀ ਸਟਾਈਲ ਸੂਟਸ ਚੱਲ ਰਹੇ ਨੇ ਅੱਜ ਕੱਲ ਉਦਾਂ ਹੀ ਤੁਹਾਨੂੰ ਕਨਸੈਪਟ ਦਿਖਾ ਰਹੇ ਜੀ ਇਹ ਵਾਲਾ ਦਾ ਬੇਸਿਕ ਕਨਸੈਪਟ ਆਫ ਦਿਸ ਪੀਸ ਇਸ ਕਰੀਮ ਐਂਡ ਬਲੈਕ ਕਲਰ ਦਾ ਸਾਰਾ ਬਲੌਕ ਪ੍ਰਿੰਟ ਆਏਗਾ ਜੀ ਦੇਖ ਸਕਦੇ ਹੋ ਕੇਰੇ ਵਿੱਚ ਡਬਲ ਬਾਰਡਰਸ ਬਣੇ ਹੋਏ ਨੇ ਇਸ ਤਰ੍ਹਾਂ ਸਾਰਾ ਡਬਲ ਬਾਰਡਰ ਆਏਗਾ ਕੇਰੇ ਦੇ ਵਿੱਚ ਕਰੀਮ ਐਂਡ ਬਲੈਕ ਕਲਰ ਦਾ ਸਾਰਾ ਇਸ ਤਰ੍ਹਾਂ ਬਲੌਕ ਪ੍ਰਿੰਟ ਹੈਗਾ ਜੀ ਇਹਦੇ ਵਿੱਚ ਨਾਲ ਨੈਕ ਵਾਟ ਸਮਾਰਟ ਹੈਗਾ neck ਦੇ ਵਿੱਚ ਵੀ ਇਸ ਤੁਹਾਨੂੰ ਲੇਸਿਸ ਲਗਾ ਕੇ ਪ੍ਰੋਪਰ ਹਾਈਲਾਈਟ ਕਰਕੇ ਦੇ ਰਹੇ ਹਾਂ ਇਹ ਪ੍ਰੀਮੀਅਮ ਕਾਟਨ ਫੈਬਰਿਕ ਹੈ ਜੀ ਤੁਹਾਨੂੰ ਇਹਦੇ ਵਿੱਚ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਪਵੇਗੀ ਬਰਤਨ ਉਹਨੇ ਦਾ ਮੈਂ ਬਹੁਤ ਪਿਆਰਾ ਹੈ ਦਾ ਪਹਿਲਾਂ ਤਾਂ ਬੈਕ ਦਿਖਾਣ ਜਾ ਰਹੇ ਹਾਂ ਸੂਟ ਦਾ ਬੈਕ ਤੇ ਵੀ ਦੇਖੋ ਕੇਰਾ ਬਣਿਆ ਆਏਗਾ ਬਲੌਕ ਪ੍ਰਿੰਟਿੰਗ ਦੇ ਨਾਲ ਔਰ ਜਿਹੜੀ ਬਾਟਮ ਹੈ ਬਾਟਮ ਦੇ ਵਿੱਚ ਵੀ ਤੁਹਾਨੂੰ ਬਲੌਕ ਪ੍ਰਿੰਟ ਮਿਲੇਗਾ ਇਸ ਤਰ੍ਹਾਂ ਜ਼ਿਗਜ਼ੈਗ ਦਾ ਪਲੱਸ ਉਹ ਪੈਂਟਸ ਆਪਾਂ ਕੁਝ ਵੀ ਸਟਿਚ ਕਰਵਾ ਸਕਦੇ ਹਾਂ ਦੁਪੱਟਾ ਇਹਦਾ ਬਹੁਤ ਸਪੈਸ਼ਲ ਹੈ ਜੀ ਦੁਪੱਟੇ ਦੇ ਵਿੱਚ ਸਾਰਾ ਤੁਹਾਨੂੰ ਜਿਹੜੀ ਹੈਗੀ ਮੇਨ ਹਾਈਲਾਈਟ ਇਸ ਪੀਸ ਦੀ ਇਟ देख सको दुपट्टा बहुत प्यार है एंड डई का दुपट्टा आएगा सेंटर सेंटरों सारा दुपट्टा वाइट कलर का है कॉर्नर सारे इस तरह लैमन कलर के आने विद वेरी नाइस फिनिशिंगस बॉर्डर सारे प्रॉपर फिनिश्ड आन गए जी सेंटर में जो फ्लावर्स देख लो एम्ब्रॉयडरी वी आर गिविंग यू हैंड पेंट इन दैट थोड़ा हाईलाइट करेंगे इस पीस ये लुक आएगी जी सारे पीस की आइटम नंबर साड़ी आज दी है जी अवेली फोर और रेंज इसकी आएगी टू डबल नाइन फाइव ट्वेंटी नाइन नाइनटी फाइव रेंज पीस आएगा जी आइटम नंबर फोर है साड़ी आज अच्छी ਨੈਕਸਟ ਚਲੋ ਜੀ ਅੱਜ ਸਾਰੇ ਜਿਹੜੇ ਕਸਟਮਰ ਸਾਨੂੰ ਦੇਖ ਰਹੇ ਸੀ ਸਪੈਸ਼ਲ ਰਿਕੁਐਸਟ ਹੈ ਕਿ ਅੱਜ ਜਿਹੜੀ ਵੀਡੀਓ ਹੈ ਬਹੁਤ ਸਪੈਸ਼ਲ ਹੈਗੀ ਹੈ ਇਟ ਇਜ਼ ਗੋਇੰਗ ਟੂ ਬੀ ਅ ਲੈਂਥੀ ਵੀਡੀਓ ਸੋ ਪਲੀਜ਼ ਤੁਸੀਂ ਬਨੇ ਰੋ ਨਾਲ ਕੋਈ ਵੀ ਜੋ ਤੁਸੀਂ ਡਰਿੰਕ ਜਾਂ ਚਾਹ ਦਾ ਕੱਪ ਤੁਸੀਂ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਉਹ ਨਾਲ ਰੱਖ ਕੇ ਐਂਡ ਤੱਕ ਵੀਡੀਓ ਦੇ ਬਨੇ ਰੋ ਨਾ ਸਟ ਵਿੱਚ ਤੁਹਾਨੂੰ ਬਹੁਤ ਸਪੈਸ਼ਲ ਆਰਟੀਕਲਸ ਵੀ ਦਿਖਾਣੇ ਨੇ ਆਲਮੋਸਟ ਉਹ ਸਰਪ੍ਰਾਈਜ਼ ਆਰਟੀਕਲਸ ਅਗੇ ਨੇ ਨੈਕਸਟ ਹੁਣ ਗੰਗਾ ਬ੍ਰਾਂਡ ਦਾ ਇੱਕ ਹੋਰ ਆਰਟੀਕਲ ਦਿਖਾ ਰਿਹਾ ਜੀ ਪਿਓਰ ਲਿਨਨ ਕਾਟਨ ਦੇ ਵਿੱਚ ਆਏਗਾ ਇੱਕ ਗਾਜਰੀ ਕਲਰ ਦਾ ਸੂਟ ਇਦੇ ਵਿੱਚ ਜਿਹੜੀ ਸਾਰੀ ਹੈਗੀ ਹੈ ਜੀ ਮਾਡਰਨ ਪ੍ਰਿੰਟਿੰਗ ਆਏਗੀ ਡਿਫਰੈਂਟ ਸਾਰੀ ਮਾਡਰਨ ਪ੍ਰਿੰਟਿੰਗ ਦਾ ਸਾਰਾ ਲినਨ कॉटन ਦਾ ਸੂਟ ਆਏਗਾ ਜਿਹਦੇ ਵਿੱਚ neck ਬਹੁਤ ਪਿਆਰਾ ਆਏਗਾ neck which ਬਿਲਕੁਲ ਲਾਈਟ ਵੇਟ ਜੀ ਐਮਬਰਾਇਡਰੀ ਸੀ ਜ਼ਿਆਦਾ ਹੈਵੀ ਨਹੀਂ ਕੀਤਾ ਹੋਇਆ ਇਸ ਪੀਸ ਨੂੰ ਇਸ ਤਰ੍ਹਾਂ ਦੀ ਸ਼ਰਟ ਆਏਗੀ ਸ਼ਰਟ ਦਾ ਜੋ ਫਰੰਟ ਤੁਸੀਂ ਦੇਖ ਰਹੇ ਹੋ ਓ ਸੇਮ ਇਹਦਾ ਬੈਕ ਆਏਗਾ ਜੀ ਸ਼ਰਟ ਦਾ ਫਰੰਟ ਐਂਡ ਬੈਕ ਦੋਨੋਂ ਸੇਮ ਹੈ ਇਸ ਤਰ੍ਹਾਂ ਬੈਕ ਵਿੱਚ ਵੀ ਸੇਮ ਪ੍ਰਿੰਟਿੰਗ ਆਏਗੀ ਨਾਲ ਪਲੇਨ ਬਾਟਮ ਹੈਗੀ ਹੈ ਜੀ कॉटन ਦੀ ਪਿਓਰ ਦੀ ਇਦੇ ਨਾਲ ਤੁਹਾਨੂੰ ਐਕਸਟਰਾ ਮਾਸਕ ਵੀ ਮਿਲੇਗਾ ਜੀ ਦੇਖੋ ਬ੍ਰਾਂਡਡ ਚੀਜ਼ਾਂ ਦੀ ਹੈ ਫਾਇਦਾ ਹੁੰਦਾ ਤੁਹਾਨੂੰ ਐਗਜ਼ੈਕਟਲੀ ਸੇਮ ਮਾਸਕ ਮਿਲੇਗਾ ਸੇਮ ਪ੍ਰਿੰਟ ਦੇ ਵਿੱਚ ਨਾਲ ਇਹਦੇ ਵਿੱਚ ਜਿਹੜਾ ਦੁਪੱਟਾ ਜੀ ਉਹ ਬਹੁਤ ਸਮਾਰਟ ਆਏਗਾ 2 ਟੋਨ ਦੁਪੱਟਾ ਆਏਗਾ ਜੀ 골ਡ ਐਂਡ ਗਾਜ਼ਰੀ ਕਲਰ ਦਾ ਪਿਓਰ ਸ਼ਿਫੋਨ ਦੀ ਚੁੰਨੀ ਹੈ ਜੀ ਇਹ ਵਾਲੀ ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ ਫੁੱਲ ਵਿਡਥ ਵਿੱਚ 1 ਸਾਈਡ ਤੇ ਇਸ ਤਰ੍ਹਾਂ ਡਿਜ਼ਾਈਨਰ ਸਟ੍ਰਾਈਪਸ ਹੈ ਕਰਨ ਹੈ ਔਰ 1 ਸਾਈਡ ਤੇ ਵੀ ਡਿਫਰੈਂਟ ਡਿਜ਼ਾਈਨ ਆਏਗਾ ਇਹ ਲੁੱਕ ਆਏਗੀ ਜੀ ਸਾਰੇ ਪੀਸ ਦੀ ਆਈਟਮ ਨੰਬਰ ਸਾਡੀ ਅੱਜ 33 ਕੀ ਹੈ ਜੀ ਇਹ ਵਾਲੀ 1745 ਪ੍ਰਾਈਸ ਹੈ ਜੀ ਦਾ ਆਈਟਮ ਨੰਬਰ 5 ਹੈ ਸਾਡੀ ਅੱਜ ਦੀ ਨੈਕਸਟ ਚਲੋ ਭਾਜੀ ਨੈਕਸਟ ਉਹਨੇ ਇੱਕ ਬ੍ਰਾਂਡਡ ਆਰਟੀਕਲ ਦਿਖਾ ਰਹੇ ਹਾਂ ਜੀ ਉਹਨਾਂ ਸੀ ਮਹਿੰਦੀ ਕਲਰ ਦੇ ਵਿੱਚ ਪਿਓਰ ਮੋਡਲ ਕਾਟਨ ਦੇ ਵਿੱਚ ਆਏਗਾ ਪੀਸੇ ਵਾਲਾ ਬਹੁਤ ਹੀ ਪਿਆਰਾ ਕਨਸੈਪਟ ਹੈ ਜੀ ਆਲ ਪ੍ਰਿੰਟਿੰਗ ਦੇ ਵਿੱਚ ਜਿਹੜੇ ਸਾਡੇ ਕਸਟਮਰਸ ਨਹੀਂ ਲਾਈਕ ਕਰਦੇ ਜ਼ਿਆਦਾ ਐਮਬਰਾਇਡਰੀ ਵੇਅਰ ਕਰਨਾ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਕਿ ਉਹ ਬਹੁਤ ਸੋਹਣਾ ਕਨਸੈਪਟ ਹੈ ਕਾਨੀ ਪ੍ਰਿੰਟਿੰਗ ਦਾ نیچے ਜਿਹੜਾ ਕਲਰ ਹੈ ਜੀ ਬੇਸ दैट ਇਜ਼ ਡਸਟੀ ਮਹਿੰਦੀ ਉਹਦੇ ਉੱਤੇ ਸਾਰੀ ਇਸ ਤਰ੍ਹਾਂ ਬ੍ਰਾਈਟ ਪ੍ਰਿੰਟਿੰਗ ਆਏਗੀ ਬਹੁਤ ਪਿਆਰੀ ਕੀਤੀ ਹੋਈ ਦੇਖ ਸਕਦੇ ਹੋ ਕਿੰਨੀ ਅਟਰੈਕਟਿਵ ਲੱਗ ਰਹੀ ਜੀ ਸਾਰੀ ਪ੍ਰਿੰਟਿੰਗ ਇਹਦੀ ਸਾਰੇ ਸੂਟ ਦੇ ਉੱਤੇ ਸੇਮ ਜਾਲ ਆਏਗਾ ਜੀ 컬러ਫੁੱਲ ਸਾਰੀ ਪ੍ਰਿੰਟਿੰਗ ਹੈਗੀ ਸ਼ਰਟ ਦੇ ਵਿੱਚ ਇਹਦੇ ਨਾਲ ਜੋ ਤੁਸੀਂ ਫਰੰਟ ਦੇਖ ਰਹੇ ਹੋ ਜੀ ਸ਼ਰਟ ਦਾ ਬੈਕ ਵੀ ਸੇਮ ਆਏਗਾ ਫਰੰਟ ਬੈਕ ਸ਼ਰਟ ਦਾ ਸੇਮ ਹੈ ਐਂਡ ਡਿਜ਼ਾਈਨਰ ਬਾਟਮ ਆਏਗੀ ਜੀ ਨਾਲ ਸੈਲਫ ਪ੍ਰਿੰਟਿੰਗ ਦੀ ਨਾਲ ਬਾਟਮ ਹੈ ਸੇਮ ਕਲਰ ਦੀ ਮਹਿੰਦੀ ਕਲਰ ਦੀ ਹੀ ਸੈਲਫ ਪ੍ਰਿੰਟਿੰਗ ਦੀ ਨਾਲ ਬਾਟਮ ਹੈ ਦੇਖਸਾ ਦੇਖਿਓ ਪਿਓਰ ਮੋਡਲ ਕਾਟਨ ਦੀ ਇਹ ਵੀ ਜਿਹੜਾ ਫੈਬਰਿਕ ਹੈ ਜੀ ਵਿਦਆਊਟ ਲਾਈਨਿੰਗ ਆਪਾਂ ਸਟਿਚ ਕਰਵਾ ਸਕਦੇ ਹਾਂ ਇਦੇ ਨਾਲ ਜਿਹੜਾ ਹੁਣ ਦੁਪੱਟਾ ਆਏਗਾ ਉਹ ਬਹੁਤ ਹੀ ਪਿਆਰਾ ਹੈਗਾ ਚਨਾਉਨ ਦੀ ਪਿਓਰ ਦੀ ਦੁਪੱਟਾ ਆਏਗਾ ਜੀ ਦੇਖ ਸਕਦੇ ਹੋ ਬਹੁਤ ਪਿਆਰੀ ਕਾਨੀ ਪ੍ਰਿੰਟਿੰਗ ਦੇ ਵਿੱਚ ਪੱਲੇ ਬਹੁਤ ਸਮਾਰਟ ਬਣੇ ਹੋਏ ਨੇ ਹੈਵੀ ਸਾਰੀ ਇਸ ਤਰ੍ਹਾਂ ਪ੍ਰਿੰਟਿੰਗ ਕੀਤੀ ਹੋਈ ਹੈ ਔਰ ਨਾਲ ਜਿਹੜੇ ਕਾਰਨਰਸ ਹੈਗੇ ਨੇ ਚਾਰੇ ਬਾਰਡਰਸ ਇਸ ਤਰ੍ਹਾਂ ਆਣਗੇ ਕੰਟਰਾਸਟ ਰਸਟ ਕਲਰ ਦੇ ਬਿਊਟੀਫੁਲ ਕਨਸੈਪਟ ਹੈਗਾ ਜੀ ਇਸ ਤਰ੍ਹਾਂ ਲੁੱਕ ਆਏਗੀ ਸਾਰੇ ਪੀਸ ਦੀ ਮੋਡਲ ਕਾਟਨ ਦਾ ਪੀਸ ਹੈਗਾ ਜੀ ਨਦਰ ਬ੍ਰਾਂਡ ਵੱਲੋਂ ਆਏਗਾ ਪੀਸ ਇਹ ਵਾਲਾ ਬਹੁਤ ਸਮਾਰਟ ਬਹੁਤ ਐਲੀਗੈਂਟ ਕਨਸੈਪਟ ਹੈਗਾ ਵਿਦਾਊਟ ਐਮਬਰਾਇਡਰੀ ਦੇ ਵਿੱਚ ਆਈਟਮ ਨੰਬਰ ਰੇਂਜ ਇਹਦੀ ਬਹੁਤ ਰੀਜ਼ਨੇਬਲ ਆ ਸਿਰਫ 34 10 ਦੀ ਰੇਂਜ ਆਏਗਾ 3410 ਪ੍ਰਾਈਸ ਹੈ ਜੀ ਇਹਦਾ ਆਈਟਮ ਨੰਬਰ 6 ਹੈ ਸਾਡੀ ਅੱਜ ਦੀ ਨੈਕਸਟ ਚਲੋ ਭਾਜੀ ਨੈਕਸਟ ਉਹਨੂੰ ਦਿਖਾ ਰਹੇ ਜੀ ਲਾਈਟਵੇਟ ਸ਼ਰਟ ਦੇ ਨਾਲ ਦੁਪੱਟਾ ਡਿਜ਼ਾਈਨਰ ਕਸਟਮਰ ਜਦਾਂ ਕਾਫੀ ਡਿਮਾਂਡ ਕਰਦੇ ਨੇ ਜੀ ਇਸ ਤਰ੍ਹਾਂ ਲਾਈਟਵੇਟ ਸ਼ਰਟ ਹੋਵੇ ਡਿਜ਼ਾਈਨਰ ਦੇ ਨਾਲ ਦੁਪੱਟੇ ਬੜੇ ਪਿਆਰੇ ਹੋਣ ਇਦਾਂ ਦਾ ਹੀ ਤੁਹਾਨੂੰ ਕਨਸੈਪਟ ਦਿਖਾ ਰਹੇ ਜੀ ਪਿਓਰ ਕਾਟਨ ਦੀ ਸ਼ਰਟ ਆਈਗੀ ਇਹ ਵਾਲੀ शर्ट के बहुत लिटल हाईलाइट्स है जी बहुत जिमें हिंट किया होंगे हाईलाइट्स का नीचे घेरे में सारा गोटाबत्ती है नैक बहुत समार्ट आएगा नैक में बटनज़ लगे आने इस तरह प्योर कॉटन फैब्रिक है जी विदाउट लाइनिंग यह भी स्टिच हो जाएगा तो इस तरह यद फरंट बनया हो बैक भी सेम आएगा फरंट बैक दोनों सेम है नाल कॉन्ट्रास्ट थोड़ा प्योर कॉटन की बॉटम मिलेगी फरोजी कलर की फरोजी कलर की बॉटम है जी नाल और जोड़ा दुपट्टा जी अगेन बुटीक स्टाइल सारा दुबट्टा है पोटा डोरिया का ਐਮਬਰਾਇਡਰੀ ਵਾਲਾ ਦੁਪੱਟਾ ਜੀ ਲਾਈਟ weight ਆਏਗਾ ਬਟ ਲੁੱਕ ਬਹੁਤ ਸਮਾਰਟ ਹੈ ਦੇਖ ਸਕਦੇ ਹੋ ਕਿ ਸਾਰੇ ਦੁਪੱਟੇ ਦੇ ਵਿੱਚ ਕਰੀਮ ਕਲਰ ਦਾ ਦੁਪੱਟਾ ਹੈਗਾ ਵਨ ਸਾਈਡ ਸਾਰੀ ਇਸ ਤਰ੍ਹਾਂ ਐਮਬਰਾਇਡਰੀ ਆਏਗੀ ਜੀ ਇਸ ਤਰ੍ਹਾਂ ਫਲੇਮਿੰਗੋ ਵਾਲੀ ਪ੍ਰੋਪਰ ਦੇਖ ਸਕਦੇ ਹੋ ਸੀਕਵੈਂਸ ਫਿਰੋਜ਼ੀ ਕਲਰ ਦੇ ਨਾਲ ਸਾਰਾ ਵਰਕ ਕੀਤਾ ਹੋਇਆ ਨਾਲ ਸਕੈਲਪਿੰਗ ਆਏਗੀ ਬਿਊਟੀਫੁਲ ਕਨਸੈਪਟ ਹੈਗਾ ਜੀ ਲਾਈਟ weight ਦੁਪੱਟਾ ਹੈਗਾ ਜ਼ਿਆਦਾ ਹੈਵੀ ਨਹੀਂ weight ਆਏਗਾ ਇਹਦਾ ਇਸ ਤਰ੍ਹਾਂ ਲੁੱਕ ਆਏਗੀ ਸਾਰੇ ਪੀਸ ਦੀ ਆਈਟਮ ਨੰਬਰ ਸਾਡੀ ਅੱਜ ਦੀ 7 ਹੈਗੀ ਜੀ ਰੇਂਜ ਇਹਦੀ ਆਏਗੀ 1510 ਦੀ 1510 ਦੀ ਰੇਂਜ ਪੀਸ ਆਏਗਾ ਆਰਟ ਨੰਬਰ 7 ਐ ਸਡੀਐਜੀਡੀ ਨੈਕਸਟ ਚਲੋ ਜੀ ਨੈਕਸਟ ਆਰਟੀਕਲ ਤੁਹਾਨੂੰ ਇੱਕ ਹੋਰ ਬੜਾ ਸੋਹਣਾ ਦਿਖਾਣ ਲੱਗਾ ਜੀ ਪ्युअर ਕੋਟਾ ਡੋਰੀਆ ਦੇ ਵਿੱਚ ਹੀ ਆਏਗਾ ਉਹ ਵੀ ਲਓ ਜੀ ਦੇਖ ਸਕਦੇ ਹੋ ਕਿਉਂ ਕਰੀਮ ਕਲਰ ਦਾ ਆਰਟੀਕਲ ਆਏਗਾ ਪ्युअर ਕੋਟਾ ਡੋਰੀਆ ਦਾ ਸਾਰੀ ਸ਼ਰਟ ਬੜੀ ਪਿਆਰੀ ਬਣੀ ਹੋਈ ਹੈ ਦੀ স্মॉल ਬੂਟੇ ਬਣੇ ਹੋਏ ਨੇ ਦਿਸ ਇਜ਼ ਸਿੰਪਲੀਸਿਟੀ ਐਟ ਇਟਸ ਬੈਸਟ ਜੀ ਜੋ ਮਤਲਬ ਸਿੰਪਲ ਸੋਬਰ ਚੀਜ਼ ਸਭ ਤੋਂ ਬੈਸਟ ਹੁੰਦੀ ਹੈ ਇਹੋ ਚੀਜ਼ ਆਰਟੀਕਲ ਹੈ ਵਾਲਾ ਸਾਰਾ ਜਿਹੜਾ ਘੇਰਾ ਦੇਖ ਸਕਦੇ ਹੋ ਬਹੁਤ ਸਮਾਰਟ ਬਣਿਆ ਹੋਇਆ ਚਿਕਨ ਕਰੀ ਦੇ ਸਾਰਾ ਫਿਨਿਸ਼ਿੰਗ ਆਏਗੀ ਸਾਰੇ ਸ਼ਰਟ ਤੇ ਬਹੁਤ ਹੀ ਪਿਆਰੇ ਸਮਾਲ ਮੋਟਿਵਸ ਲੱਗੇ ਨੇ ਸਾਰੇ ਜਿਹੜੇ ਮੋਟਿਵਸ ਨੇ ਸਭ ਬਹੁਤ ਕਿਊਟ ਕਨਸੈਪਟ ਹੈ ਸਾਰੇ ਮੋਟਿਵਸ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਕੋਰਲ ਪਿੰਕ ਐਂਡ yellow ਕਰਦੇ ਮੋਟਿਵਸ ਆਨ ਕੇ ਸਾਰੀ ਸ਼ਰਟ ਤੇ ਫੁੱਲ ਐਮਬਰਾਇਡਰੀ ਵਾਲੀ ਸ਼ਰਟ ਆਏਗੀ ਜੀ ਇਹਦੇ ਫਰੰਟ ਹੈ ਗੈਸ ਇਸ ਤਰ੍ਹਾਂ ਬਣਿਆ ਇਹਦੇ ਨਾਲ ਜਿਹੜਾ ਬਾਟਮ ਹੈ that will be contrast ਗਾਜਰੀ ਸ਼ੇਡ ਦਾ ਬਾਟਮ ਆਏਗਾ ਜੀ ਪਿਓਰ ਦਾ ਕਾਟਨ ਦਾ ਹੀ ਔਰ ਦੁਪੱਟਾ ਇਹਦਾ ਬਹੁਤ ਪਿਆਰਾ ਆਏਗਾ ਦੁਪੱਟੇ ਵਿੱਚ ਪ ਇਸ ਨੂੰ ਦੇਖ ਸਕਦੇ ਹੋ ਦੁਪट्टे ਵਿੱਚ ਸਾਰੀ ਐਮਬਰਾਇਡਰੀ ਆਈ ਗਈ ਬੜੇ ਪਿਆਰੇ ਮੋਟਿਵਸ ਬਣੇ ਹੋਏ ਨੇ ਦੁਪट्टे ਦੇ ਵਿੱਚ 크ਿਸ ਕਰੌਸ ਪੈਟਰਨ ਦੇ ਵਿੱਚ ਨਾਲ ਸਾਰੀ ਐਮਬਰਾਇਡਰੀ ਆਈ ਗਈ ਦੁਪट्टे ਦੇ ਸਾਰੀ ਫਿਨਿਸ਼ਿੰਗ ਆਈ ਗਈ ਇਸ ਤਰ੍ਹਾਂ ਇਹ ਤੁਹਾਨੂੰ ਤਾਂ ਆਰਟیکل ਦਿਖਾਰਨੇ ਚਾਹੀਏ ਦੀ ਜਿਹੜੀ ਰੇਂਜ ਹੈ that is unbelievable ਬਹੁਤ ਹੀ ਅੱਛੀ ਰੇਂਜ ਵਿੱਚ ਪੀਸ ਬਣਿਆ ਹੋਇਆ ਸੋ ਤੁਸੀਂ ਅਗਰ ਸੈਮੀ ਫਾਰਮਲ ਜਾਂ ਕੈਜੂਅਲ ਵੇਅਰ ਲਈ ਵੀ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਐਮਬਰਾਇਡਰੀ ਦਾ ਪੀਸ ਹੈ ਪੰਜ ਛੇ ਪੀਸ ਲੈਣੇ ਹੋ ਤੁਸੀਂ ਜ਼ਰੂਰ ਲੈ ਸਕਦੇ ਹੋ ਆਈਟਮ ਨੰਬਰ ਸਾਡੀ ਆਈਸੀ 8 ਹੈ ਜੀ ਰੇਂਜ ਦੀ ਤੁਸੀਂ ਦੇਖ ਸਕਦੇ ਹੋ ਸਿਰਫ 1310 ਦੀ 1310 0 इंच पीस ਆਏਗਾ ਆਈਟਮ ਨੰਬਰ 8 ਐਸ ਆਰ ਡੀ ਐਸ ਦੀ ਨੈਕਸਟ ਚਲੋ ਜੀ ਨੈਕਸਟ ਉਹਨੂੰ ਜਿਹੜਾ ਕਨਸੈਪਟ ਦਿਖਾਵਾਂਗੇ ਜੀ ਪ੍ਰਿੰਟਿੰਗ ਦੇ ਨਾਲ ਪੀਸ ਆਇਆ ਜੈਪੁਰੀ ਸਟਾਈਲ ਦਾ ਪੀਸ ਹੈ ਇਹ ਵਾਲਾ ਗ੍ਰੇ ਐਂਡ ਪਿੰਕ कलर ਦਾ ਕਨਸੈਪਟ ਹੈ ਸਾਰਾ ਜੁਦਾ ਨੈਕ ਕੇ ਜੀ ਧਿਆਨ ਨਾਲ ਦੇਖਿਓ ਨੈਕ ਬਹੁਤ ਪਿਆਰਾ ਹੈਗਾ ਸਾਰਾ ਪਹਿਲੀ ਗੱਲ ਤਾਂ ਜਿਹੜਾ بیس ਹੈ ਜੀ ਸੈਲਫ ਪ੍ਰਿੰਟਿੰਗ ਵਿੱਚ ਆਏਗਾ بیس ਦੇ ਸਾਰੇ ਇਸ ਤਰ੍ਹਾਂ ਸਟ੍ਰਾਈਪਸ ਹੈ ਕਰ ਰਹੇ ਹੋ ਨਾਲ ਸ਼ੀਸ਼ੇ ਦਾ ਕੰਮ ਕੀਤਾ ਹੋਇਆ ਲਾਈਟ ਵੇਟ ਜਿਹਾ ਇਹਦੇ ਨਾਲ ਜਿਹੜਾ ਨੈਕ ਹੈ ਜੀ ਬਹੁਤ ਹੀ ਪਿਆਰਾ ਬਹੁਤ ਅਟਰੈਕਟਿਵ ਸਾਰਾ ਡਿਜ਼ਾਈਨ ਹੈ neck ਦਾ neck ਵਿੱਚ ਦੇਖ ਸਕਦੇ ਹੋ ਸਾਰਾ প্রিনਟੈਕਸ ਦਾ ਉਹ ਕਿ ਪ੍ਰਿੰਟਡ neck ਆਏਗਾ ਬਹੁਤ ਪਿਆਰੀ ਪ੍ਰਿੰਟਿੰਗ ਹੈਗੀ ਹੈ ਔਰ neck ਦੇ ਅਰਾਊਂਡ ਸਾਰਾ ਇਸ ਤਰ੍ਹਾਂ ਹੈਂਡਵਰਕ ਕੀਤਾ ਹੋਇਆ ਪ੍ਰੋਪਰ ਸਾਰਾ ਗੋਟਾ ਪੱਤੀ ਦਾ ਔਰ ਪਰਲਸ ਦਾ ਹੈਂਡਵਰਕ ਆਏਗਾ ਨਾਲ ਬਟਨਸ ਲੱਗੇ ਹੋਏ ਨੇ ਇਹ ਲੋਕਾਣੀ ਜੀ ਸਾਰੀ ਸ਼ਰਟ ਦੇ ਫਰੰਟ ਦੀ ਇਹਦੇ ਨਾਲ ਜਿਹੜਾ ਬਾਟਮ ਹੈਗਾ ਉਹ ਬਹੁਤ ਪਿਆਰਾ ਆਏਗਾ ਇਸਰ ਨਾਲ ਕਾਟਨ ਦਾ ਬਾਟਮ ਹੈ ਜੀ ਪਿਓਰ ਦਾ ਵਿਦਾਊਟ ਲਾਈਨ ਤੁਸੀਂ ਇਹਨੂੰ ਸਟਿਚ ਕਰਵਾ ਸਕਦੇ ਹੋ ਇਸ ਪੀਸ ਨੂੰ ਕਾਟਨ ਦਾ ਪਿੰਕ ਕਲਰ ਦਾ ਬਹੁਤ ਸੋਹਣਾ ਜ਼ਿਗਜ਼ੈਗ ਬਾਟਮ ਆਏਗਾ ਇਹਦੇ ਨਾਲ ਜਿਹੜਾ ਦੁਪੱਟਾ ਜੀ ਹੁਣ ਤੁਹਾਨੂੰ ਉਹ ਦਿਖਾਉਣ ਜਾ ਰਹੇ ਹਾਂ ਦੁਪੱਟਾ ਇਹਦਾ ਆਏਗਾ ਜੀ ਸੌਫਟ ਕਾਟਨ ਦਾ ਦੁਪੱਟਾ ਆਏਗਾ ਮਲ ਕਾਟਨ ਦਾ ਬਟ ਜਿਵੇਂ ਡਿਜ਼ਾਈਨਰ ਦੁਪੱਟੇ ਚੱਲ ਰਿਹਾ ਅੱਜਕੱਲ ਉਸ ਤਰ੍ਹਾਂ ਦੁਪੱਟਾ ਆਏਗਾ ਦਾ ਦੁਪੱਟੇ 'ਚ ਦੇਖ ਸਕਦੇ ਹੋ ਸਾਰਾ ਗੋਟਾ ਬੱਤੀ ਦੀ ਲਾਈਨਿੰਗ ਸੀਗੀਆਂ ਨੇ ਸੈਂਟਰ ਵਿੱਚ ਅਲੱਗ ਪ੍ਰਿੰਟ ਆਏਗਾ ਔਰ ਕਾਰਨਰਸ ਤੇ ਅਲੱਗ ਪ੍ਰਿੰਟ ਹੈਗਾ ਸੋ ਡਿਜ਼ਾਈਨਰ ਦੁਪੱਟੇ ਨਾਲ ਪੀਸ ਤਿਆਰ ਕੀਤਾ ਗਿਆ ਜੀ ਗ੍ਰੇਨ ਪਿੰਕ ਕਲਰ ਦਾ ਕੰਬੀਨੇਸ਼ਨ ਦੇ ਵਿੱਚ ਇਹ ਲੁੱਕ ਆਏਗੀ ਸਾਰੇ ਪੀਸ ਦੀ ਪ੍ਰਿੰਟਡ ਬਾਟਮ ਦੇ ਨਾਲ ਪਲੀਜ਼ ਇਹ ਅੰਨ ਰੱਖਿਓ ਜੀ ਇਹਦੀ ਬਾਟਮ ਜਿਹੜੀ ਹੈ ਪਿਓਰ ਦੀ ਹੈਗੀ ਹੈ ਪ੍ਰਿੰਟਡ ਬਾਟਮ ਆਏਗੀ ਇਹਦੇ ਨਾਲ ਨਾਲ ਦੁਪੱਟਾ ਬਹੁਤ ਪਿਆਰਾ ਹੈਗਾ ਆਈਟਮ ਨੰਬਰ ਸਾਡੀ ਅੱਜ ਦੀ 9 ਹੈਗੀ ਹੈ ਜੀ ਰੇਂਜ ਇਹਦੀ ਆਏਗੀ 2125 2125 ਇਸ ਰੇਂਜ ਪੀਸ ਆਏਗਾ ਜੀ ਆਈਟਮ ਨੰਬਰ 9 ਹੈ ਸਾਡੀ ਅੱਜ ਦੀ ਨੈਕਸਟ ਚਲੋ ਜੀ ਨੈਕਸਟ ਉਹਨੇ ਇੱਕ ਹੋਰ ਲੇਸਿਸ ਦਾ ਕਨਸੈਪਟ ਦਿਖਾ ਰਹੇ ਹਾਂ ਜੀ ਪਾਕਿਸਤਾਨੀ ਸਟਾਈਲ ਡਿਜ਼ਾਈਨਰ ਦੁਪੱਟੇ ਦੇ ਨਾਲ ਪੀਸ ਬਣ ਕੇ ਆਇਆ ਜੀ ਇਹ ਵਾਲਾ ਲਾਈਟ ਸਕਾਈ ਕਲਰ ਦੇ ਵਿੱਚ ਪਿਓਰ ਕਾਟਨ ਦਾ ਪੀਸ ਹੈਗਾ ਜੀ ਇਹਦੇ ਵਿੱਚ ਸਾਰਾ ਜਿਹੜਾ ਵਰਕ ਹੈ ਬੜਾ ਪਿਆਰਾ ਕੀਤਾ ਹੋਇਆ ਘੇਰਾ ਦੇਖ ਸਕਦੇ ਹਾਂ 3 ਬਾਰਡਰ ਫਿਨਿਸ਼ਿੰਗ ਆਏਗੀ ਘੇਰੇ ਦੇ ਵਿੱਚ ਪਹਿਲਾਂ ਚਿਕਨ ਦੇ ਬਾਰਡਰਸ ਹੈਗੇ ਨੇ ਜੀ ਆਲਟਰਨੇਟ ਔਰ ਸੈਂਟਰ ਵਿੱਚ ਸਾਰੀ embroiderry ਆਏਗੀ ਰੇਸ਼ਮ ਦੀ ਸਾਰੀ embroiderry ਹੈ ਜੀ ਘੇਰਾ ਬਹੁਤ ਸਮਾਰਟ ਬਣਿਆ ਹੋਇਆ ਦਾ ਲਾਈਟ ਸਕਾਈ ਕਲਰ ਦੇ ਨਾਲ embroiderry ਦੀ ਕਲਰ ਮੈਚਿੰਗ ਵੀ ਬਹੁਤ ਸਮਾਰਟ ਹੈ ਇਸ ਤਰ੍ਹਾਂ ਨੈਕ ਆਏਗਾ ਜੀ ਬਣਿਆ ਦਾ ਲੇਸਿਸ ਦੇ ਵਿੱਚ ਸਾਰਾ ਦੇਖ ਸਕਦੇ ਹਾਂ ਪ੍ਰੋਪਰ ਲੇਸਿਸ ਵਾਲਾ ਨੈਕ ਬਣਿਆ ਜੀ ਬਹੁਤ ਸਮਾਰਟ ਹੈ ਦਾ embroiderry ਬੜੀ ਸਮਾਰਟ ਕੀਤੀ ਹੋਈ ਹੈ युक आएगी जी सारे शर्ट के फरंट की एदा बॉटम है जी वो सेम कलर का आएगा फरोजी कलर का सेम बॉटम आएगा जी एंड दिस कम्स विद अ वेरी नाइस और गेंजा चुन्नी डिजाइनर चुन्नी आएगी जी और गेंजा सेम कलर की चारों साइड से बॉर्डर आएगा इस तरह एम्ब्रॉयडरी सारे सइड्स पे चारों साइड पर बॉर्डर आएगा और साथ में से लेसिज लगी आएगी जी बहुत प्यारा कॉन्सैप्ट है ये वाला ये लुक आएगी सारे पीस की आइटम नंबर हमारी आज की है जी टेन ई वाली रेंज इसकी आएगी टू नाइन एट जीरो ट्वेंटी नाइन एट्टी की रेंज में पीस आएगा जी ये वाला आइटम नंबर टेन है हमारी नेक्स्ट चलो जी रश्मि मैम सत श्रीकाल अनूप गिल जी सत्या थैंक यू सो मच तौरे कॉमेंट्स लिए मैम एंड uh, रश्मि जी हाँ जी अभी स्टिच भी प्र, प्रोवाइड करते हैं स्टिचिंग सर्विसिज आर ऑलसो अवेलेबल विद अस उन्होंने एक्सट्रा चार्जस होंगे सो यू वॉन्ट टू इंक्वायर अबाउट दैट तुम सांबर से कॉन्टैक्ट कर सकते हो तो प्रॉपर इनफोरमेस और गाइडेंस मिल जाएगी नैक्सट तो प्योर दिखा रहे जी वॉयल पीस बहुत प्यारा बन के एसटा डिजाइनज का ब्रांडड कॉन्सैप्ट वाला देख सौ प्लीज बहुत प्यार है जी अपना क्रीम कलर का पीस आएगा सारा है वाला ए सारी जी प्रिंटिंग की बहुत समार्ट है इस तरह सारी प्रिंटिंग आएगी वॉयल है जी फैब्रिक है वाला प्योर वॉयल पीस है वाला कॉटन वॉयल्च सारी इस तरह एम्ब्रॉयडरी आएगी ये बहुत समार्ट की ਸਾਰੀ ਸ਼ਰਟ ਦੇ ਉਤੇ embroidery ਕੀਤੀ ਹੋਈ ਦੇਖ ਸਕਦੇ ਹੋ ਸੈਲਫ ਕਲਰ ਦੇ ਵਿੱਚ ਔਰ ਸਾਰੀ ਪ੍ਰਿੰਟਿੰਗ ਆਏਗੀ ਸ਼ਰਟ ਤੇ ਇਹ ਲੋਕ ਕਣੀ ਹੈ ਦੀ ਸਾਰੀ ਸ਼ਰਟ ਦੇ ਫਰੰਟ ਦੀ ਐਂਡ ਇਹਦੇ ਨਾਲ ਜਿਹੜਾ ਆਏਗਾ ਇਹਦਾ ਬੈਕ ਬਣਿਆ ਹੋਇਆ ਇਸ ਤਰ੍ਹਾਂ ਇਹਦਾ ਬੈਕ ਤੇ ਵੀ ਪ੍ਰਿੰਟਿੰਗ ਆਏਗੀ ਸ਼ਰਟ ਦਾ ਫਰੰਟ ਐਂਡ ਬੈਕ ਤੇ ਪ੍ਰਿੰਟਿੰਗ ਹੈਗੀ ਹੈ ਨਾਲ ਪਿਓਰ ਕਾਟਨ ਦਾ ਬਾਟਮ ਆਏਗਾ ਕਰੀਮ ਕਲਰ ਦਾ this comes with a very nice ਆਪਣਾ ਆਏਗਾ ਦੇ ਨਾਲ ਦੁਪੱਟਾ ਬਹੁਤ ਸਮਾਰਟ ਹੈ ਸ਼ਿਫੋਨ ਦਾ ਕਾਟਨ ਦੇ ਨਾਲ ਬਾਟਮ ਹੈਗੀ ਹੈ ਜੀ ਨਾਲ ਦੁਪੱਟਾ ਬਹੁਤ ਸਮਾਰਟ ਆਏਗਾ ਇਹਦਾ ਲੋ ਜੀ ਪਿਓਰ ਦੀ ਚੁੰਨੀ ਆਏਗੀ ਨਾਲ ਸ਼ਿਫੌਨ ਦੇ ਵਿੱਚ ਪ੍ਰਿੰਟਿੰਗ ਦੀ ਲੁੱਕ ਦੇਖ ਸੋ ਜੀ ਵੈਰੀ ਨਾਈਸ ਪ੍ਰਿੰਟਿੰਗ ਜੀ ਇਹਦੇ ਉੱਤੇ ਸਾਰੀ ਜਿਹੜੀ ਪ੍ਰਿੰਟਿੰਗ ਹੈਗੀ ਜੀ ਬਹੁਤ ਸਮਾਰਟ ਹੈ ਚਾਰੋਂ ਸਾਈਡ ਸੇ ਬਾਰਡਰ ਬਹੁਤ ਪਿਆਰੇ ਹੈਗੇ ਨੇ ਸੈਂਟਰ ਸਾਰੀ ਪ੍ਰਿੰਟਿੰਗ ਆਏਗੀ ਬਹੁਤ ਨਾਈਸ ਕਨਸੈਪਟ ਹੈਗਾ ਜੀ ਇਹ ਵਾਲਾ ਐਸਟਾ ਲੁੱਕ ਆਏਗੀ ਸਾਰੇ ਪੀਸ ਦੀ ਆਈਟਮ ਨੰਬਰ ਸਾਡੀ ਗਾਇਸ ਦੀ 11 ਹੈਗੀ ਹੈ ਜੀ ਰੇਂਜ ਦੀ ਹੈਗੀ ਹੈ 2155 2155 ਰੇਂਜ ਪੀਸ ਆਏਗਾ ਜੀ ਆਈਟਮ ਨੰਬਰ ਸਾਡੀ ਗਾਇਸ ਦੀ 11 ਹੈਗੀ ਹੈ ਨੈਕਸਟ ਚਲੋ ਜੀ ਨੈਕਸਟ ਆਏਗਾ ਜੀ ਸਕਾਈ ਬਲੂ 컬러 ਦਾ ਵੋਵਨ ਕਨਸੈਪਟ ਹੈਗਾ ਜੀ ਇਹ ਵਾਲਾ ਜਾਮ ਕਾਟਨ ਦੇ ਉੱਤੇ ਆਏਗਾ ਸਾਰਾ ਜਿਹੜਾ بیس ਹੈਗਾ ਟੈਕਸਚਰ ਫੀਲ ਦੇ ਵਿੱਚ ਆਏਗਾ ਜੀ ਦੇਖ ਸਕਦੇ ਹੋ ਕਿਉਂ ਇਸ ਨਾਲ ਸਾਰੀ ਸ਼ਰਟ ਬਣੀ ਹੋਈ ਹੈ ਜੀ ਲੌਂਗ ਇਹਦੇ ਵਿੱਚ ਪਹਿਲਾਂ ਤਾਂ ਬੇਸ ਤੋਂ ਦਿਖਾਵਾਂਗੇ ਜੀ ਸਾਰਾ ਟੈਕਸਚਰ ਬੇਸ ਦੇ ਵਿੱਚ ਪੀਸ ਆਏਗਾ ਇਹ ਵਾਲਾ ਸਾਰਾ ਦੇਖ ਸਕਦੇ ਹੋ ਸਕਾਈ ਕਲਰ ਦਾ ਪੀਸ ਹੈ ਪ੍ਰੋਪਰ ਮਾਰਬਲ ਟੈਕਸਚਰ ਆਏਗਾ ਪੀਸ ਦੇ ਵਿੱਚ ਔਰ ਨਾਲ ਸਾਰਾ ਬੁਲੀਅਨ ਸਟਿਚਸ ਦਾ ਵਰਕ ਆਏਗਾ थ्रेड ਵਰਕ ਆਏਗਾ ਸਾਰੀ ਸ਼ਰਟ ਤੇ ਇਹਦਾ ਜਿਹੜਾ ਨੈਕ ਹੈ ਜੀ ਬਹੁਤ ਸਮਾਰਟ ਬਣਿਆ ਹੋਇਆ ਹੈ ਨੈਕ ਦੇ ਵਿੱਚ ਐਮਬਰੋਇਡਰੀ ਜਿਹੜੀ ਕੀਤੀ ਹੈ ਜੀ ਪਲੇਸਮੈਂਟ ਸਟਾਈਲ ਦੇ ਵਿੱਚ ਬੂਟਾ ਜਿਹੜਾ ਬਣਿਆ ਬਹੁਤ ਸਮਾਰਟ ਆਏਗਾ ਸੈਂਟਰ ਵਿੱਚ ਬ੍ਰਾਊਨ ਕਲਰ ਦੇ ਬਟਨਸ ਹੈਗੇ ਨੇ ਕੰਟਰਾਸਟ ਦੇਣ ਦੇ ਲਈ ਇਹ ਲੁੱਕ ਆਏਗੀ ਜੀ ਸਾਰੀ ਸ਼ਰਟ ਦੀ ਇਹਦੇ ਨਾਲ ਜਿਹੜਾ ਬਣਿਆ ਹੋਇਆ ਜੀ ਬਾਟਮ ਬੈਕ ਇਸ ਤਰ੍ਹਾਂ ਸੇਮ ਆਏਗਾ ਜੀ ਟੈਕਸਚਰ ਫੀਲ ਦਾ ਬਾਟਮ ਇਹਦਾ ਪਲੇਨ ਆਏਗਾ ਸਕਾਈ ਕਲਰ ਦੇ ਵਿੱਚ ਦੁਪੱਟਾ ਇਹਦਾ ਬਹੁਤ ਸਮਾਰਟ ਹੈ ਜੀ ਪਿਓਰ ਕਾਟਨ ਦਾ ਹੀ ਦੁਪੱਟਾ ਆਏਗਾ ਮਲ ਕਾਟਨ ਦਾ ਇਸ ਤਰ੍ਹਾਂ ਮਲ ਕਾਟਨ ਦਾ ਨਾਲ ਦੁਪੱਟਾ ਆਏਗਾ ਜਿਹਦੇ ਵਿੱਚ ਸਾਰੀ ਐਮਬਰਾਇਡਰੀ ਕੀਤੀ ਹੈ ਇਸ ਤਰ੍ਹਾਂ স্মॉल ਬੂਟੇ ਬਣਿਆ ਜੀ ਬਹੁਤ ਪਿਆਰੇ ਕਿਊਟ ਜੇ ਸੋ ਇਹ ਲੁੱਕ ਆਏਗੀ ਜੀ ਸਾਰੇ ਪੀਸ ਦੀ ਸਕਾਈ ਕਲਰ ਦਾ ਜੀ ਟੈਕਸਚਰ بیس ਦੇ ਵਿੱਚ ਸਾਰਾ ਪੀਸ ਆਇਆਗਾ ਇਹ ਵਾਲਾ ਆਈਟਮ ਨੰਬਰ ਸਾਡਾ ਹੈ ਜੀ 12 ਹੈ ਜੀ ਰੇਂਜ ਬਹੁਤ ਅੱਛੀ ਹੈ ਜੀ ਦੀ ਸਿਰਫ 2140 ਦੀ ਰੇਂਜ ਪੀਸ ਆਏਗਾ 2140 ਪ੍ਰਾਈਸ ਹੈ ਜੀ ਇਹਦਾ ਆਈਟਮ ਨੰਬਰ 12 ਹੈ ਸਾਡੀ ਗਾਜ ਦੀ ਨੈਕਸਟ ਚਲੋ ਜੀ ਨੈਕਸ ਨੂੰ ਬਹੁਤ ਪਿਆਰਾ ਕਨਸੈਪਟ ਦਿਖਾ ਰਹਾ ਜੀ ਪਾਕਿਸਤਾਨੀ ਸਟਾਈਲ ਪੀਸ ਆਇਆ ਹੈ ਇਹ ਵਾਲਾ ਬੜਾ ਪਿਆਰਾ ਬਣਿਆ ਮਿਕਸ ਐਂਡ ਮੈਚ ਦੇ ਵਿੱਚ ਕਾਫੀ ਸਾਡੇ ਕਸਟਮਰਸ ਲਾਈਕ ਕਰਦੇ ਨੇ ਜੀ ਇਹਨੂੰ ਲਓ ਜੀ ਬਿਊਟੀਫੁਲ ਡਿਜ਼ਾਈਨ ਹੈਗਾ ਜੀ ਬ੍ਰਾਂਡਡ ਕਨਸੈਪਟ ਆਇਆਗਾ ਪਾਕਿਸਤਾਨੀ ਇਹ ਵਾਲਾ ਦੇਖ ਸਕਦੇ ਹੋ ਕਿਉਂ ਸਾਰੀ ਸ਼ਰਟ ਦਾ ਇਸ ਤਰ੍ਹਾਂ ਸਾਰੀ ਸ਼ਰਟ ਦੇ ਵਿੱਚ ਲੁੱਕ ਆਏਗੀ ਜੀ ਬਹੁਤ ਐਗਜ਼ੋਟਿਕ ਸਾਰਾ ਪ੍ਰਿੰਟਿੰਗ ਹੈ ਜੀ ਇਹ ਬਲੀ ਇਹਨੂੰ ਸੀ ਐਗਜ਼ੋਟਿਕ ਪ੍ਰਿੰਟਿੰਗ ਕਹਿੰਦੇ ਆ ਇਹਦੇ ਵਿੱਚ ਜਿਹੜਾ ਘੇਰਾ ਬਣਿਆ ਹੋਇਆ ਸਾਰਾ ਦੇਖ ਸਕਦੇ ਹੋ ਸਕੈਲਪਿੰਗ ਦਾ ਘੇਰਾ ਆਏਗਾ ਨੀਚੇ ਬਹੁਤ ਸਮਾਰਟ ਕੇਰਾ ਬਣਾਇਆ ਗਿਆ ਐਮਬਰਾਇਡਰੀ ਦੇ ਵਿੱਚ ਡਿਫਰੈਂਟ ਸਾਰੇ ਕਲਰ ਦੀ ਐਮਬਰਾਇਡਰੀ ਆਏਗੀ ਸਾਰੀ ਸ਼ਰਟ ਉਸ ਤੇ ਲਗਜ਼ਰੀ ਸਾਰਾ ਪ੍ਰਿੰਟਿੰਗ ਹੈਗਾ ਜੀ ਪਿਓਰ ਕਾਟਨ ਦਾ ਕਨਸੈਪਟ ਹੈਗਾ ਇਹ ਵਾਲਾ ਵੀ ਵਿਦਆਊਟ ਲਾਈਨਿੰਗ ਤੇ ਸਟਿਚ ਕਰਵਾ ਸਕਦੇ ਹਾਂ ਬਟ ਅਗਰ ਲਾਈਨਿੰਗ ਲੱਗਦੀ ਹੈ ਦਿਸ ਵਿਲ ਗਿਵ ਯੂ ਅ ਬੈਟਰ ਲੁੱਕ ਇਸ ਤਰ੍ਹਾਂ ਸਾਰੀ ਸ਼ਰਟ ਦੀ ਲੁੱਕ ਆਏਗੀ ਜੀ ਸਾਰੀ ਦੇਖ ਸਕਦੇ ਹੋ ਪ੍ਰੀਮੀਅਮ ਸਾਰਾ ਆਏਗਾ ਜੀ ਇਹਦਾ ਪ੍ਰਿੰਟਿੰਗ ਇਹਦੀ ਇਹਦੇ ਨਾਲ ਜਿਹੜਾ ਬੈਕ ਬਣਾਇਆ ਹੈਗਾ ਜੋ ਵੀ ਬਹੁਤ ਸਮਾਰਟ ਹੈ ਬੈਗ ਤੇ ਵੀ ਤੁਹਾਨੂੰ ਡਿਫਰੈਂਟ ਪ੍ਰਿੰਟਿੰਗ ਮਿਲਦੀ ਹੈ ਜੀ ਸਾਰੀ ਫਲਾਵਰਸ ਦੀ ਔਰ ਨਾਲ ਇਸ ਨਾਲ ਲਗਜ਼ਰੀ ਬੇਸ ਦੀ ਇਹਦੇ ਨਾਲ ਜਿਹੜਾ ਬਾਟਮ ਹੈ ਜੀ 골ਡ ਕਲਰ ਦਾ ਆਏਗਾ ਕੰਟਰਾਸਟ ਬਾਟਮ ਆਏਗਾ ਪਿਓਰ ਕਾਟਨ ਦਾ ਔਰ ਜਿਹੜੀ ਚੁੰਨੀ ਹੈ ਜੀ ਬਹੁਤ ਸਮਾਰਟ ਹੈਗੀ ਹੈ ਬ੍ਰਾਈਟ ਕਲਰ ਦੀ ਚੁੰਨੀ ਹੈਗੀ ਇਹਦੇ ਵਿੱਚ ਬਹੁਤ ਪਿਆਰੀ ਬਣੀ ਹੋਈ ਇਸ ਤਰ੍ਹਾਂ ਦੇਖ ਸਕਦੇ ਹੈਗੇ ਹਾਂ ਟੈਬੀ ਦੇ ਵਿੱਚ ਆਏਗਾ ਦੁਪੱਟਾ ਇਹਦਾ ਬਹੁਤ ਸਮਾਰਟ ਦੁਪੱਟੇ ਵਿੱਚ ਟੂ ਟੋਨ ਆਏਗਾ ਜੀ 골ਡ ਔਰ ਪਿੰਕ कलर ਦਾ ਦੁਪੱਟਾ ਆਏਗਾ ਪ੍ਰਿੰਟਿੰਗ ਬਹੁਤ ਸਮਾਰਟ ਹੈ ਔਰ ਇਹਦੇ ਵਿੱਚ ਵੀ ਦੇਖੋ ਮੋਟਿਫ ਜਿਹੜੇ ਯੂਜ਼ ਕੀਤੇ ਹੋਏ ਨੇ ਸਾਰੇ ਇਸ ਤਰ ये आनी है जी सारे पीस दी। बहुत प्यारा कॉन्सैप्ट जी ना नीचे सारा इस तरह देख सकते हो चिकन में आएगा एम्ब्रॉयडरी के नाल स्कैलपिंग की सारी एम्ब्रॉयडरी आएगी देख सकते सौ प्रॉपर और नाल सारी जी प्रिंटिंग है वो भी बहुत समार्ट आएगी आइटम नंबर साड़ी की है थर्टीन रेंज यदी आएगी थ्री नाइन सैवन फाइव थर्टी नाइन सैवनटी फाइव रेंज आएगी आइटम नंबर थर्टीन है साड़ी अज की चलो जी नैक्सट ਵੈਸ਼ਨਵੀ ਜੀ ਸ਼ਸਤਰਕਾਲ ਮੈਮ ਜਿਹੜੀ ਲੈਂਥ ਨੂੰ ਅਸੀਂ ਵਿਖਾ ਰਹੇ ਹਾਂ ਅਪਰੋਕਸੀਮੇਟਲੀ ਸਾਰੇ ਸੂਟਸ ਦੀ ਲੈਂਥ 46 48 ਤੱਕ ਹੁੰਦੀ ਈ ਹੈ ਐਂਡ ਵਿਡਥ ਵੀ ਦਾ ਕੋਈ ਟੈਂਸ਼ਨ ਨਹੀਂ ਮੈਮ 50 52 ਤੱਕ ਸਾਰੀ ਵਿਡਥ ਬਣ ਜਾਏਗੀ ਇਹਦੇ ਵਿੱਚ ਨੈਕਸਟ ਵਨ ਉਹਨ ਦਾ ਕਹਾਂਗੇ ਜੀ ਟੂ ਟਨ ਆਏਗਾ ਮੋਵ ਐਂਡ ਕਰੀਮ ਕਲਰ ਦਾ ਕਨਸੈਪਟ ਹੈ ਇਹ ਵਾਲਾ ਥੋੜਾ ਇੰਗਲਿਸ਼ ਕਨਸੈਪਟ ਆਏਗਾ ਬਹੁਤ ਪਿਆਰਾ ਸਾਰੀ ਸ਼ਰਟ ਵਿੱਚ ਜੀ ਇਹ ਪਹਿਲਾਂ ਦਾ ਬੇਸ ਪ੍ਰਿੰਟਡ ਆਏਗਾ ਇਸ ਦਾ ਸਾਰਾ ਜ਼ਿਗਜ਼ੈਗ ਪ੍ਰਿੰਟਡ ਹੈਗਾ ਕਰੀਮ ਕਲਰ ਦਾ ਔਰ ਸਾਰੀ ਸ਼ਰਟ ਦੇ ਉੱਤੇ ਜਿਹੜਾ ਉੱਪਰ ਦਾ ਪਾਰਟ ਹੈ ਜੀ ਮੂਵ ਕਲਰ ਦੇ ਵਿੱਚ ਆਏਗਾ ਉਹਦੇ ਵਿੱਚ ਤੁਹਾਨੂੰ ਬੇਸ ਮਿਲੇਗਾ ਜੀ ਪ੍ਰਿੰਟਡ ਔਰ ਨਾਲ neck ਦੇ ਉੱਤੇ ਸਾਰੀ embroidery ਆਏਗੀ ਸਾਰੀ ਨੋਟ ਵਰਕ ਦੀ embroidery ਕੀਤੀ ਹੈ ਜੀ کریم ਕਲਰ ਦੀ ਕੰਟਰਾਸਟ ਬਹੁਤ ਪਿਆਰੇ ਨਾਲ ਪੋਰਟਲੀ ਬਟਨਸ ਬਣੇ ਹੋਣਗੇ ਜੀ ਇਹਦੇ ਵਿੱਚ neck ਸਾਰਾ ਹਾਈਲਾਈਟ ਕੀਤਾ ਹੋਇਆ lacees ਦੇ ਨਾਲ embroidery ਕੀਤੀ ہوئی ਹੈ ਇਸ ਤਰ੍ਹਾਂ ਸਾਰੀ ਸ਼ਰਟ ਦਾ ਫਰੰਟ ਆਏਗਾ ਜੀ ਇਹ ਟੂ ਟੋਨ ਹੈ ਜੀ अगेन ਦੱਸ ਰਿਹਾ ਕਲਰ ਮੈਚਿੰਗ ਬਹੁਤ ਪਿਆਰੀ ਹੈ ਲਾਈਟ 골ਡ ਨਾਲ ਮੂਵ ਕਲਰ ਦੀ ਸ਼ਰਟ ਦਾ ਫਰੰਟ ਐਂਡ ਬੈਕ ਸੇਮ ਆਏਗਾ ਐਂਡ ਐਸ ਯੂ ਕੈਨ ਸੀ ਹਰ ਗੰਗਾ ਬ੍ਰਾਂਡ ਦਾ ਪੀਸ ਹੈ ਤੁਹਾਨੂੰ ਬ੍ਰਾਂਡਿੰਗ ਇਸ ਤਰ੍ਹਾਂ ਹੀ ਨਾਲ ਜਾਏਗੀ ਸੋ ਦੈਟ ਯੂ نو ਦੈਟ ਯੂ ਆਰ ਬਾਇੰਗ ਅ ਕੁਆਲਿਟੀ ਪ੍ਰੋਡਕਟ ਇਹਦੇ ਨਾਲ ਜਿਹੜਾ ਬਾਟਮ ਹੈ ਜੀ ਪਿਓਰ ਕਾਟਨ ਦਾ ਆਏਗਾ ਬਟ ਇੱਕ ਸਪੈਸ਼ਲ ਟੱਚ ਐਡ ਕੀਤੀ ਹੋਈ ਹੈ ਲਾਸਟ ਲੇਅਰ ਤੇ ਤੁਹਾਨੂੰ ਇਸ ਤਰ੍ਹਾਂ ਔਰਗੈਂਜ਼ਾ ਦੀ ਫ੍ਰਿਲਸ ਬਣੀ ਹੋਈ ਮਿਲਣਗੀਆਂ ਤਾਂ ਕਿ ਤੁਸੀਂ ਇਹਦੇ ਨਾਲ ਜਿਹੜੀ ਪੈਂਟਸ ਬਣਵਾਨੀਆਂ ਨੇ ਜਾਂ ਫਿਰ ਪਲਾਜ਼ੋ ਬਣਵਾਣਾ ਤਾਂ ਉਹਦੇ ਨਾਲ ਥੋੜੀ ਡਿਜ਼ਾਈਨਰ ਟੱਚ ਐਡ ਕਰ ਸਕੋ ਇਹ ਲੁਕ ਆਏਗੀ ਜੀ ਸਾਰੀ ਸ਼ਰਟ ਦੀ ਇਹਦੇ ਨਾਲ ਹੁਣ ਤੁਹਾਨੂੰ ਦੁਪੱਟਾ ਤੁਹਾਡਾ ਦਿਖਾਣ ਜਾ ਰਹੇ ਹਾਂ ਡਿਜ਼ਾਈਨਰ ਦੁਪੱਟਾ ਆਏਗਾ शिफॉन की चुन्नी है जी प्योर पूरी प्रॉपर फिनिशिंग आएगी चुन्नी चारों साइड से बॉर्डर आएगा बहुत बरीक बने हुए लेसिस का और पल्ले उत्ते इस तरह ब्लॉक प्रिंटिंग आएगी क्रीम कलर दुक आएगी जी सारे कॉन्सैप्ट आइट नंबर साइड आज दी है जी ए वाली फोरटीन और रेंजी आएगी टू एट नाइन जीरो ट्वेंटी एट नाइनटी की रेंज पीस आएगा जी आईट नंबर साड़ी आज दी फोरटीन हैगी ए वाली बहुत प्यार कॉन्सैप्ट टू टोन देगा इंग्लिश कॉन्सैप्टेक्स चलो जी ਨੈਕਸ ਨੂੰ ਪੀਚ कलर ਦਾ ਕਨਸੈਪਟ ਦਿਖਾਣਾ ਚਾਹੀਦਾ ਇਹ ਵਾਲਾ ਵੀ ਸਾਰਾ ਬੁਲੀਅਨ ਸਟਿਚ ਦੇ ਉੱਤੇ ਆਏਗਾ ਡਿਜ਼ਾਈਨਰ ਨੈਕ ਦੇ ਨਾਲ ਬਣਿਆ ਹੋਇਆ ਇਹ ਥੋੜਾ ਡਿਫਰੈਂਟ ਚੀਜ਼ ਹੈ ਕਿ ਤੁਸੀਂ ਇਹਨੂੰ ਪਾਰਟੀ ਵੇਅਰ ਵੀ ਯੂਜ਼ ਕਰ ਸਕਦੇ ਹੋ ਫੈਬਰਿਕ ਬਹੁਤ ਜ਼ਿਆਦਾ ਪ੍ਰੀਮੀਅਮ ਆਏਗਾ ਔਰ ਐਮਬਰਾਇਡਰੀ ਸਾਰੀ ਹੈਂਡ ਦੀ ਹੈ ਇਹਦੇ ਵਿੱਚ ਲੋ ਜੀ ਪੀਚ ਕਲਰ ਦਾ ਨੈਕ ਡਿਜ਼ਾਈਨਰ ਦੇ ਵਿੱਚ ਸਾਰਾ ਪੀਸ ਆਏਗਾ ਦੂਰੋਂ ਇੱਕ ਵਾਰੀ ਲੁੱਕ ਦਿਖਾ ਰਿਹਾ ਮੈਂ ਤੁਹਾਨੂੰ ਬਹੁਤ ਪਿਆਰੀ ਹੈ ਇਹਦੀ ਇਸ ਦੇ ਉੱਤੇ ਸਾਰੀ ਜਿਹੜੀ ਸ਼ਰਟ ਹੈ ਜੀ ਇਸ ਤਰ੍ਹਾਂ ਟੈਕਸਚਰ 베이스 ਦੇ ਉੱਤੇ ਆਏਗੀ ਨਾਲ 골ਡ ਕਲਰ ਦੀ ਵੀਵਿੰਗ ਹੈ ਸਾਰੀ ਸ਼ਰਟ ਵਿੱਚ ਸਮਾਲ ਬੂਟੇ ਬਣਾਨਗੇ ਔਰ neckbot smart ਹੈ de ne. neck ਸਾਰਾ ਇਸ ਤਰ੍ਹਾਂ ਡਿਜ਼ਾਈਨਰ ਆਏਗਾ ਹੈਂਡਵਰਕ ਦਾ ਹੀ ਸਾਰਾ neck ਕੇ ਚੀ ਦੇਖ ਸਕਦੇ ਹੋ ਕਲਰ ਸ਼ੇਡਸ ਯੂਜ਼ ਕੀਤੇ ਹੋਏ ਨੇ neck ਦੇ ਵਿੱਚ ਫ੍ਰੈਡਵਰਕ ਦੇ ਬਹੁਤ ਪਿਆਰੇ ਕਲਰ ਜਗੇ ਨੇ ਰეკਮੈਂਡਡ ਆਰਟੀਕਲ ਹੈ ਜੀ ਇਹ ਵਾਲਾ ਕਾਫੀ ਅੱਛਾ ਦਾ ਰਿਸਪੌਂਸ ਰਹਿੰਦਾ ਹੈ ਹਮੇਸ਼ਾ ਹੀ ਵੈਰੀ ਬਿਊਟੀਫੁਲ ਹੈਂਡਵਰਕ ਔਨ ਦਾ neck ਇਹਦੇ ਨਾਲ ਜਿਹੜਾ ਆਏਗਾ ਜੀ ਬੈਕ ਉਹ ਵੀ ਸੇਮ ਟੈਕਸਚਰ ਬੇਸ ਦੇ ਵਿੱਚ ਹੀ ਆਏਗਾ ਔਰ ਐਮਬਰਾਇਡਰੀ ਕੀਤੀ ਆਏਗੀ ਹਲਕੀ ਜੀ 슬ੀਵਸ ਦੇ ਉੱਤੇ ਇਹਦੇ ਨਾਲ ਜਿਹੜਾ ਬਾਟਮ ਹੈ ਜੀ ਉਹ ਵੀ ਆਏਗਾ ਪੀਚ ਕਲਰ ਦਾ ਪਿਓਰ ਕਾਟਨ ਦਾ ਵੋਵਨ ਆਏਗਾ ਜੀ ਇਹਦੇ ਵਿੱਚ ਇਸ ਤਰ੍ਹਾਂ ਲੋਕ ਆਏਗੀ ਸਾਰੀ ਸ਼ਰਟ ਦੀ ਇਹਦੇ ਨਾਲ ਜਿਹੜਾ ਹੈਗਾ ਦੁਪੱਟਾ ਉਹ ਬਹੁਤ ਪਿਆਰਾ ਆਏਗਾ ਲੋ ਜੀ ਵੋਵਨ ਦੁਪੱਟਾ ਆਏਗਾ ਸਾਰਾ ਇਸ ਤਰ੍ਹਾਂ ਦੇਖ ਸਕਦੇ ਹੋ ਵਿੱਚੋਂ ਇਹ ਟ੍ਰਾਂਜ਼ੀ ਰਹੇਗਾ ਦੁਪੱਟਾ ਇਸ ਤਰ੍ਹਾਂ ਵਿੱਚੋਂ ਟ੍ਰਾਂਜ਼ੀ ਆਏਗਾ ਚੈੱਕ ਪੈਟਰਨ ਦੇ ਵਿੱਚ ਦੁਪੱਟਾ ਹੈਗਾ ਜਿਹੜਾ ਜਿਹੜਾ ਵੀ ਚੈੱਕ ਹੈ ਜੀ ਸਭ ਦੇ ਵਿੱਚ ਇਸ ਤਰ੍ਹਾਂ স্মੋਲ ਬੂਟੇ ਬਣਿਆਣਗੇ ਦੇਖ ਸਕਦੇ ਹੋ ਕਿਉਂ ਬਹੁਤ ਪਿਆਰਾ ਦੁਪੱਟਾ ਆਏਗਾ ਕਨਸਰਟ ਬਹੁਤ ਪਿਆਰਾ ਜੀ ਦਾ ਸਪੀਸ ਦਾ ਇਹ ਲੁੱਕ ਆਏਗੀ ਸਾਰੇ ਪੀਸ ਦੀ ਆਈਟਮ ਨੰਬਰ ਸਾਡੀ ਆਸ ਦੀ ਕੀ ਹੈ ਜੀ 15 ਔਰ ਰੇਂਜ ਜੇ ਆਏਗੀ 3240 3240 ਰੇਂਜ ਪੀਸ ਆਏਗਾ ਜੀ ਵੈਸੇ ਤਾਂ ਇਹ ਕਨਸੈਪਟ ਤੁਸੀਂ ਵਿਦਾਊਟ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੋ ਜਸਟ ਯੂ ਹੈਵ ਟੂ ਅਪਲਾਈ ਫੈਬਰਿਕ ਔਨ ਦਾ ਨੈਕ ਬਟ ਇਫ ਯੂ ਅਪਲਾਈ ਦਾ ਲਾਈਨਿੰਗ ਔਨ ਦਾ ਫੁੱਲ ਫੁੱਲ ਸੂਟ ਤਾਂ ਇੱਕ ਬੈਟਰ ਗ੍ਰੇ ਸੰਤੇਗੀ ਜਾਂ ਪਾਰਟੀ ਵੇਅਰ ਸੂਟ ਦੀ ਬੈਟਰ ਹਮੇਸ਼ਾ ਹੀ ਗ੍ਰੇ ਰਹਿੰਦੀ ਹੈ ਜੀ ਉਹਦੇ ਵਿੱਚ ਵਿਕਾਸ ਨੈਕਸਟ ਸਟੱਪ ਆ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਨਵੇਂ ਵੀਵਰਸ ਜੁੜੇ ਨੇ ਵੀਡੀਓ ਦੇ ਵਿੱਚ ਇੱਕ ਵਾਰੀ ਸਾਡੇ ਨੰਬਰਸ ਫਿਰ ਤੋਂ ਡਿਸਪਲੇ ਕਰ ਦਿਓ ਆਰਡਰ ਕਰਨ ਦੇ ਲਈ ਲੋ ਜੀ ਸਭ ਨੂੰ ਇੱਕ ਵਾਰ ਫਿਰ ਤੋਂ ਬਹੁਤ ਪਿਆਰ ਭਰੀ ਸ਼ਸ਼ਕਾਲ ਜੀ ਸਾਡੇ ਜਿਹੜੇ ਨੰਬਰਸ ਨੇ ਜੀ 3 ਨੰਬਰਸ ਅਵੇਲੇਬਲ ਨੇ WhatsApp ਦੇ ਉੱਤੇ ਐਨੀ ਆਰਟੀਕਲ ਦੈਟ ਯੂ ਵਾਟ ਟੂ ਆਰਡਰ ਯੂ ਕੈਨ ਪਲੇਸ ਯੋਰ ਆਰਡਰ ਔਨ ਐਨੀ ਆਫ ðiਸ ਨੰਬਰਸ ਡਿਲੀਵਰੀਜ਼ ਆਰ ਅਵੇਲੇਬਲ ਵਰਲਡਵਾਈਡ ਕਿਤੇ ਵੀ ਤੁਸੀਂ ਕਿਸੇ ਵੀ ਕੰਟਰੀ ਚੋਂ ਬੈਠ ਕੇ ਆਪਣਾ ਆਰਡਰ ਮੰਗਵਾ ਸਕਦੇ ਹੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਵੇ ਸ਼ੁਰੂ ਕਰਦੇ ਆ ਅਗਲੇ ਆਰਟੀਕਲਸ ਤੋਂ ਹੀ ਜੀ ਕੰਟੀਨਿਊ ਕਰਦਾ ਆਪਾਂ ਇਸ ਕਾਟਨ ਦੇ ਵੀਡੀਓ ਨੂੰ ਨੈਕਸਟ ਪੀਸ ਆਏਗਾ ਜੀ ਵਾਇਲ ਦੇ ਵਿੱਚ ਪਿਓਰ ਕਾਟਨ ਵਾਇਲ ਦੇ ਵਿੱਚ ਪਿਸਤਾ ਕਲਰ ਦਾ ਪੀਸ ਆਏਗਾ ਇਹ ਵਾਲਾ ग्रीन पिस्ता कलर का पीस आएगा जी बहुत प्यारा लो जी एक बार तुम तो प्रिंटिंग कॉन्सैप्ट देखना और नाल एम्ब्रॉयडरी देखनी कि ने प्यारी लग रही है सारी जी एम्ब्रॉयडरी है जी सैल्फ आएगी यानी कि पिस्ता थ्रेडवर्क आएगा और नीचे सारा इस तरह कांथा वर्क की प्रिंटिंग हैगी है, है। प्रॉपर सारा इस तरह कांथा वर्क की प्रिंटिंग आएगी उपर नैक तक सेम प्रिंटिंग रहेगी जी शर्ट दे इस तरह फ्रंट बनाया गया जी बैक भी इस तरह प्रोपर प्रिंटड हैगा लो जी देख सकते हो बैक भी प्रिंटड आएगा ਇਸ ਸ਼ੋਰਟ ਦੇ ਨਾਲ ਤੁਹਾਨੂੰ ਲਾਈਨਿੰਗ ਵੀ ਮਿਲਦੀ ਹੈ ਜੀ ਔਰ ਨਾਲ ਬਾਟਮ ਵੀ ਮਿਲਦਾ ਹੈਗਾ ਇਸ ਪੀਸ ਦੇ ਨਾਲ ਦੇਖੋ ਤੁਹਾਨੂੰ ਲਾਈਨਿੰਗ ਦਾ ਫੈਬਰਿਕ ਕਾਟਨ ਦਾ ਅਲੱਗ ਮਿਲੇਗਾ ਔਰ ਨਾਲ ਜਿਹੜੀ ਬਾਟਮ ਹੈ ਉਹ ਅਲੱਗ ਆਏਗੀ ਪਿਸਤਾ ਕਲਰ ਦੀ ਕਾਟਨ ਦੀ ਇਸ ਦੇ ਨਾਲ ਜਿਹੜਾ ਦੁਪੱਟਾ ਹੈ ਜੀ ਉਹ ਆਏਗਾ ਪਿਓਰ ਸ਼ਿਫੌਨ ਦਾ ਪਿਓਰ ਸ਼ਿਫੌਨ ਦਾ ਦੁਪੱਟਾ ਆਏਗਾ ਜੀ ਇਹਦੇ ਵਿੱਚ ਸਾਰਾ ਪ੍ਰਿੰਟਡ ਸੇਮ ਕੰਬੀਨੇਸ਼ਨ ਆਏਗਾ ਇਸ ਦੁਪੱਟੇ ਵਿੱਚ ਵੀ ਬਿਊਟੀਫੁਲ ਕਨਸੈਪਟ ਹੈਗਾ ਜੀ ਜ਼ਿਆਦਾ ਹੌਟਪੌਚ ਨਹੀਂ ਹੈਗੀ ਸਪੀਸ ਇਹ ਬਹੁਤ ਐਲੀਗੈਂਟ ਜਿਹਾ ਪੀਸ ਹੈਗਾ ਇਸ ਤਰ੍ਹਾਂ ਸਾਰੇ ਪੀਸ ਦੀ ਲੁੱਕ ਆਏਗੀ ਆਈ फिफ्टीन हैगी रेंज य आएगी टू वन डबल फाइव ट्वेंटी वन फिफ्टी फाइव रेंज पीस आएगा जी आइटम नंबर साढ़ी आई जी सिक्सटीन है हैगीस्ट चलो जी एप्लीक वर्क के दिखा रहे हैं जी डिजाइनर कॉन्सैप्ट है बुटीक स्टाइल का सारा जोड़ा बेस है जी जाम कॉटन आएगी बहुत प्यारी बनी हुई सारा एप्लीक वर्क आएगा इस शर्ट के लो जी पहला टैक्सचर तुम देख सकते हो सारा मार्बल टैक्सचर आएगा सारी शर्ट के उ ਬਹੁਤ ਹੀ ਪਿਆਰਾ ਕੰਬੀਨੇਸ਼ਨ ਹੈ ਇਹਦੇ ਵਿੱਚ ਜਿਹੜਾ ਕੇਰਾ ਸਾਰਾ ਹੈਂਡ ਐਮਬਰਾਇਡਡ ਆਏਗਾ ਕੇਰੇ ਵਿੱਚ ਫਿਨਿਸ਼ਿੰਗਸ ਮਿਲਣਗੀਆਂ ਤੁਹਾਨੂੰ ਇਸ ਤਰ੍ਹਾਂ ਕੰਟਰਾਸਟ ਔਰ ਨਾਲ ਮਿਰਰ ਵਰਕ ਕੀਤਾ ਹੋਇਆ ਸਾਰਾ ਜਿਹੜਾ ਕੇਰਾ ਜੀ ਬਹੁਤ ਸਮਾਰਟ ਆਏਗਾ ਮਿਰਰ ਵਰਕ ਦੇ ਨਾਲ ਉਸ ਤੋਂ ਬਾਅਦ ਸਾਰਾ ਦੇਖੋ ਜੀ ਪ੍ਰਿੰਟਡ ਸਾਰਾ ਐਪਲੀਕ ਵਰਕ ਕੀਤਾ ਹੈ ਇਹਦੇ ਉੱਤੇ ਯਾਨੀ ਕਿ ਜਿਹੜਾ ਪ੍ਰਿੰਟ ਫੈਬਰਿਕ ਹੈ ਕੱਟ ਕਰਕੇ ਉਹਨੂੰ ਦੇ ਉੱਤੇ ਸਟਿਚ ਕੀਤਾ ਹੋਇਆ ਇਹਦੇ ਨਾਲ ਜਿਹੜੀ ਲੁੱਕ ਹੈ ਜੀ ਬੜੀ ਅੱਛੀ ਡਿਜ਼ਾਈਨਰ ਲੁੱਕ ਕ੍ਰੀਏਟ ਹੁੰਦੀ ਹੈ ਸਾਰੇ ਸੂਟ ਦੇ ਵਿੱਚ ਨਾਲ ਨੈਕਲੇਸਿਸ ਨਾਲ ਸਾਰਾ ਹਾਈਲਾਈਟ ਕੀਤਾ ਹੋਇਆ ਇਸ ਤਰ੍ਹਾਂ ਸਾਰੀ ਸ਼ਰਟ ਦੀ ਲੁੱਕ ਆਏਗੀ ਜੀ ਇਹਦੇ ਨਾਲ ਜਿਹੜਾ ਬੈਕ ਹੈ ਉਹ ਵੀ ਸੇਮ ਆਏਗਾ ਜੀ ਇਸ ਤਰ੍ਹਾਂ ਵੋਵਨ ਬੈਕ ਆਏਗਾ ਨਾਲ 골ਡ ਕਲਰ ਦੀ ਪਿਓਰ ਕਾਟਨ ਦੀ ਬਾਟਮ ਆਏਗੀ ਲਾਈਟ ਵੇਟ ਇਹਦੇ ਵਿੱਚ ਜਿਹੜਾ ਦੁਪੱਟਾ ਹੈ ਜੋ ਵੀ ਗ੍ਰੇ ਸਟੋਨ ਦੇ ਉੱਤੇ ਦੁਪੱਟਾ ਆਏਗਾ ਇਹਦਾ ਬਹੁਤ ਪਿਆਰਾ ਬਣਿਆ ਹੋਇਆ ਲੌਂਗ ਰੱਖ ਲੌਂਗ ਨਾਲ ਦੁਪੱਟਾ ਆਏਗਾ ਜੀ ਇਸ ਤਰ੍ਹਾਂ ਪਿਓਰ ਕਾਟਨ ਦੇ ਵਿੱਚ ਲਓ ਜੀ ਕਾਟਨ ਦਾ ਚੈੱਕ 베ਸ ਦਾ ਸਾਰਾ ਦੁਪੱਟਾ ਆਏਗਾ ਸਾਰਾ ਦੁਪੱਟੇ ਵਿੱਚ ਵੀ ਐਪਲੀਕ ਉਹ ਕੀਤਾ ਹੋਇਆ ਦੇਖ ਸਕਦੇ ਹੋ ਸਮਾਲ ਬੂਟੇ ਬਣੇ ਹੋਏ ਨੇ ਐਪਲੀਕ ਦੇ ਹੀ चारों साइड से फिनिशिंग आएगी ये लोग आनी है सारे कॉन्सैप्ट आइटम नंबर साइड आज दी है वाली सैवनटीन और रेंज इस आएगी टू थाउजेंड ट्वेंटी फाइव की जी दो हज़ार पच्ची रेंज पीस आएगा जी आइटम नंबर सैवनटीन है साड़ी आज की नैक्स चलो जी नैक्सट दिखा रहे जी असी पेंट का कॉन्सैप्ट आएगा बहुत प्यारा है वाला डिजाइनर चीज़ हैगी है कॉटन है। केफ़ी साढ़े कस्टमर गर्लश चीज़ा डिमांड करते हैं उससे बहुत प्यारी चीज़ हैगी वाली ਲੋ ਜੀ ਮੈਂਗੋ ਕਲਰ ਦਾ ਸੂਟ ਆਏਗਾ ਬਹੁਤ ਪਿਆਰਾ ਲੇਮਨ ਸ਼ੇਡ ਦੇ ਵਿੱਚ ਸਾਰਾ ਹੈਂਡ ਪੇਂਟਡ 3D ਫਲਾਵਰਸ ਦਾ ਕਨਸੈਪਟ ਹੈ ਰეკਮੈਂਡਡ ਆਰਟੀਕਲ ਫॉर 올 ਆਰ ਕਸਟਮਰਸ ਥੈਟ ਆਰ ਵਾਚਿੰਗ आवर ਵੀਡੀਓ ਰਾਈਟ ਨਾਉ ਬਹੁਤ ਪਿਆਰਾ ਆਰਟੀਕਲ ਹੈ ਜੇ ਤੁਸੀਂ ਦੇਖ ਸਾਰਾ ਜਿਹੜਾ ਕੇਰਾ ਹੈਗਾ ਛੜੀ ਬਹੁਤ ਸਮਾਰਟ ਬਣੀ ਹੋਈ ਹੈ ਇਸ ਨੂੰ ਦੇਖ ਸਕਦੇ ਹੋ ਸਾਰਾ ਇਹਦੇ ਉੱਤੇ 3D ਫਲਾਵਰਸ ਲੱਗੇ ਹੋਏ ਨੇ ਸਟਿਚ ਕੀਤੇ ਹੋਏ ਨੇ ਨਾਲ ਗੋਟਾ ਬੱਤੀ ਹਲਕਾ ਜਿਹਾ ਹਾਈਲਾਈਟ ਆਏਗਾ yellow ਦੇ ਨਾਲ ਜਿਹੜਾ ਕਲਰਸ ਯੂਜ਼ ਕੀਤੇ ਹੋਏ ਨੇ ਜੀ ਹੈਂਡ ਪੇਂਟ ਤੇ ਗ੍ਰੇ ਆ ਔਰ ਕਰੀਮ ਕਲਰ ਆਨ ਕੇ ਸਾਰੇ ਹੈਂ ਗਲੇ ਦੇ ਉੱਤੇ ਵੀ ਤੁਹਾਨੂੰ ਇਸ ਤਰ੍ਹਾਂ স্মੋਲ ਇੱਕ ਬੂਟਾ ਮਿਲੇਗਾ ਇਹ ਲੁਕਾਈ ਗਈ ਜੀ ਸਾਰੀ ਸ਼ਰਟ ਦੀ ਵਿਦ ਕੰਟਰਾਸਟ ਲੇਸਸ ਇਹਦੇ ਨਾਲ ਜਿਹੜਾ ਹੈਗਾ ਜੀ ਇਸ ਤਰ੍ਹਾਂ ਬਾਟਮ ਵੀ ਆਏਗਾ ਸੇਮ ਕਲਰ ਦਾ ਹੀ ਲੈਮਨ ਕਲਰ ਦਾ ਬਾਟਮ ਆਏਗਾ ਔਰ ਨਾਲ ਤੁਹਾਨੂੰ 슬ੀਵਜ਼ ਦੇ ਉੱਤੇ ਇਸ ਤਰ੍ਹਾਂ ਹੈਂਡ ਪੇਂਟ ਮਿਲੇਗਾ ਬਾਜ਼ੂ ਤੇ ਹੈਂਡ ਪੇਂਟ ਕੀਤਾ ਹੋਇਆ ਮਿਲੇਗਾ ਜੀ ਇਹਦੇ ਨਾਲ ਜਿਹੜਾ ਦੁਪੱਟਾ ਜੀ ਔਰਗੈਂਜ਼ਾ ਦੇ ਵਿੱਚ ਆਏਗਾ ਡਿਜ਼ਾਈਨਰ ਦੁਪੱਟਾ ਆਇਆਗਾ ਇਹਦੇ ਵਿੱਚ ਇਸ ਤਰ੍ਹਾਂ ਔਰਗੈਂਜ਼ਾ ਦਾ 4 ਸਾਈਡ ਬਾਰਡਰ ਵਾਲਾ ਦੁਪੱਟਾ ਆਏਗਾ ਜੀ ਚਾਰੇ ਸਾਈਡ ਸੇ ਦੇਖ ਸਕਦੇ ਹੋ हैंड पेंटेड आएगा नाल स्मॉल फ्लावर्स बने हुए हैं चारों साइड त लेसिस भी आने पूरी प्रॉपर लगिया हुई हैं लुका आएगी सारी शर्ट की आईट नंबर साड़ी आज दी है जी अवेली एटीन और रेंज द आएगी टू फोर नाइन फाइव ट्वेंटी फोर नाइनटी फाइव की रेंज पीस आएगा जी आईट नंबर एटीन है साड़ी आज की नैक्स चलो जी गुरमीत कौर जी सत श्रीकाल रीटा मैम सत्या जी ਮੰਤ ਤੁਸੀਂ ਉਹ ਵੈਰੀ ਗੁੱਡ ਕੁਸ਼ਨ ਡਿਲੀਵਰੀ ਚਾਰजेस ਕੀ ਹੈ ਬਟ ਇਟ ਇਜ਼ ਸਾਰੇ ਜੀ ਕਸਟਮਰਸ ਨੂੰ ਆਲਰੇਡੀ ਪਤਾ ਕਿ ਬਹੁਤ ਨੋਮੀਨਲ ਦੇ ਚਾਰजेस ਹੈਗੇ ਨੇ ਆਰਾਊਂਡ 100 150 ਚਾਰजेस ਹੁੰਦੇ ਨੇ ਇੱਕ ਦੋ ਸੂਟਸ ਦੇ 올 ਓਵਰ ਇੰਡੀਆ ਹੀ ਸੇਮ ਚਾਰजेस ਹੈਗੇ ਨੇ ਸੋ ਕੋਈ ਵੀ ਤੁਸੀਂ ਆਪਣਾ ਆਰਡਰ ਮੰਗਵਾਉਣਾ ਹੈ ਜ਼ਿਆਦਾ ਉਹਦੇ ਵਿੱਚ ਅਸੀਂ ਨਹੀਂ ਚਾਰਜ ਕਰਦੇ ਜੋ ਵੀ ਸਾਡੇ ਕੰਪਨੀ ਚਾਰजेस ਕਰਦੇ ਨੇ ਕੋਰੀਅਰ ਕੰਪਨੀ ਉਹ ਵੀ ਤੁਹਾਨੂੰ ਸੇਮ ਅਸੀਂ ਰੇਟ ਦੱਸ ਦਿੰਨੇ ਹਾਂ ਨੈਕਸਟ ਉਹਨੂੰ ਪਾਕਿਸਤਾਨੀ ਖੋਰ ਕਨਸੈਪਟ ਦਿਖਾ ਰਹੇ ਜੀ ਪਿਓਰ ਮੋਡਲ ਕਾਟਨ ਦੇ ਉੱਤੇ ਟੂ ਟੋਨ ਪੀਸ ਆਇਆ ਹੈ ਇਹ ਵਾਲਾ ਕਰੀਮ ਕਲਰ ਦਾ ਉੱਪਰੋਂ ਹੈਗਾ ਸ਼ਰਟ ਇਹਦੀ ਔਰ نیچے ਜਿਹੜਾ ਉਹ ਕੇਰਾ ਆਇਆਗਾ ਬਹੁਤ ਸਮਾਰਟ ਹੈਗਾ ਬ੍ਰਾਈਟ ਪਿੰਕ ਕਲਰ ਦਾ ਸਾਰਾ نیچے ਕੇਰਾ ਆਇਆਗਾ ਕੰਟੈਂਪੋਰੀ ਪ੍ਰਿੰਟਿੰਗ ਦੇ ਵਿੱਚ ਜਾਂ ਨੋਬਲ ਲਗਜ਼ਰੀ ਪ੍ਰਿੰਟਿੰਗ ਵੀ ਕਹਿ ਸਕਦੇ ਆ ਬਹੁਤ ਪਿਆਰਾ ਬੀਸ ਹੈਗਾ ਜੀ ਇਹ ਵਾਲਾ ਮੋਡਲ ਕਾਟਨ ਦੀ ਸਾਰੀ ਸ਼ਰਟ ਹੈ ਬਹੁਤ ਸਮਾਰਟ ਸੂਟ ਬਣਿਆ ਹੋਇਆ ਜੀ ਵਾਈਟ ਕਲਰ ਦਾ ਨਾਲ ਪਿੰਕ ਕਲਰ ਦਾ ਬਾਰਡਰ ਹੈ ਇਹਦੇ ਵਿੱਚ ਜਿਹੜਾ ਦੇਖ ਸਕਦੇ ਹੋ ਬੈਕ ਬਹੁਤ ਡਿਜ਼ਾਈਨਰ ਆਏਗਾ ਫਰੰਟ ਐਂਡ ਬੈਕ ਦੋਨੋਂ ਡਿਜ਼ਾਈਨਰ ਹੈ ਨਾਲ 슬ੀਵਜ਼ ਦਾ ਫੈਬਰਿਕ ਤੁਹਾਨੂੰ ਅਲੱਗ ਮਿਲੇਗਾ ਵਾਈਟ ਕਲਰ ориجنাল ਜਿਹੜਾ ਦੁਪੱਟਾ ਉਹ ਸਾਰਾ ਬ੍ਰਾਈਟ ਕਲਰ ਕੰਬੋ ਚ ਆਏਗਾ ਪਿਓਰ ਦੀ ਨਾਲ ਚੁੰਨੀ ਆਏਗੀ ਜਿਹਦੇ ਵਿੱਚ ਚਨਾਉਣ ਦੀ ਇਸ ਰਾ ਚਨਾਉਣ ਬੇਸ ਦੀ ਚੁੰਨੀ ਆਏਗੀ ਪੂਰਾ ਪ੍ਰੋਪਰ ਸਾਰਾ ਇਸ ਤੇ ਕੀਤਾ ਹੋਇਆ ਜੀ ਪ੍ਰਿੰਟਿੰਗ ਦੇਖ ਸਕਦੇ ਹੈਗੇ ਦੁਪੱਟੇ ਦੀ ਜਿਹੜੀ ਪ੍ਰਿੰਟਿੰਗ ਹੈ ਬਹੁਤ ਅਟਰੈਕਟਿਵ ਆਏਗੀ ਬ੍ਰਾਈਟ ਕਲਰ ਦੇ ਵਿੱਚ ਸਾਰੀ ਪ੍ਰਿੰਟਿੰਗ ਕੀਤੀ ਹੋਈ ਹੈ ਇਹ ਲੋਕਾਣੀਏ ਦੀ ਸਾਰੇ ਕਨਸੈਪਟ ਦੀ ਪਾਕਿਸਤਾਨੀ ਕਨਸੈਪਟ ਆਏਗਾ ਜੀ ਪ੍ਰਿੰਟਿੰਗ ਦੇ ਵਿੱਚ ਸਾਰਾ ਲਗਜ਼ਰੀ ਪ੍ਰਿੰਟਿੰਗ ਦਾ ਪੀਸ ਹੈਗਾ ਆਈਟਮ ਨੰਬਰ ਸਾਡੀ ਅੱਜ ਦੀ ਆਏਗੀ ਜੀ ਇਹ ਵਾਲੀ 19 रेंज यदी आएगी थ्री फाइव टू फाइव थर्टी फाइव ट्वेंटी फाइव जी रेंज पीस है जी आइट नंबर नाइनटीन है साड़ी आज अच्छी नैक्सट चलो जी नैक्सट गर्लिश कॉन्सैप्ट एक होर दिखा रहे हैं जी ग्रे कलर का ये चीज़ तुम तो कैजुअली या ऑफिस वेयर भी यूज कर सकते है डस्टी ग्रे कलर का पीस आएगा विद वे अ वेरी नाइस घेरा बहुत ही प्यारा घेरा बनया है जी ਟੂਸ ਆਪਣਾ ਟੂ ਪਾਰਟ ਦੇ ਵਿੱਚ ਕੀ ਰਹਿ ਗਿਆ ਜਿਹੜਾ ਨੀਚੇ ਵਾਲਾ ਪਾਰਟ ਹੈ ਸਾਰਾ ਚਿਕਨ ਕਰੀ ਦਾ ਫੈਬਰਿਕ ਆਏਗਾ ਜੀ ਕਾਟਨ ਦਾ ਉਹਦੇ ਉੱਤੇ embroidery ਕੀਤੀ ਹੋਈ ਹੈ ਇਸਨਾ ਪੀਕਾਕ ਦੇ ਮੋਟਿਫ ਦੀ ਨਾਲ ਹੈਂਡ ਪੇਂਟਡ ਆਏਗਾ ਹੈਂਡ ਪੇਂਟ ਦੇ ਤੁਸੀਂ ਕਲਰਸ ਦੇਖ ਸਕਦੇ ਹੋ ਜੀ ਕਾਫੀ ਅچھے ਕਲਰਸ ਹੈਗੇ ਨੇ ਹੈਂਡ ਪੇਂਟ ਦੇ ਨੀਚੇ ਜਿਹੜਾ ਹੈਗਾ ਮੋਟਿਫ ਵੀ ਬੜੇ ਪਿਆਰੇ ਬਹੁਤ ਨੀਟ ਐਂਡ ਕਲੀਨ embroidery ਕੀਤੀ ਹੋਈ ਹੈ ਇਹੀ ਜਿਹੜੀ ਸੇਮ ਹੈਂਡ ਪੇਂਟ ਹੈ ਉੱਪਰ ਕੰਟੀਨਿਊ ਹੋ ਰਿਹਾ ਚੈੱਕ بیس ਦੇ ਉੱਤੇ ਗ੍ਰੇ ਕਲਰ ਦਾ ਚੈੱਕ بیس ਆਏਗਾ ਸਾਰੀ ਸ਼ਰਟ ਦਾ ਇਹ ਲੋਕਾਣੀਆਂ ਜੀ ਫਰੰਟ ਦੀ ਇਸ ਦੇ ਨਾਲ ਜਿਹੜਾ ਬੈਕੇਜ ਉਹ ਵੀ ਸੇਮ ਚੈੱਕ ਵਿੱਚ ਆਏਗਾ। ਔਰ ਨਾਲ ਜਿਹੜੀ ਬਾਟਮ ਹੈਗੀ ਉਹ ਪਲੇਨ ਆਏਗੀ ਗ੍ਰੇ ਕਲਰ ਦੀ। ਦੁਪੱਟਾ ਇਹਦਾ ਆਏਗਾ ਜੀ ਸੌਫਟ ਨੈਟ ਦਾ। ਓੜਨੀ ਆਏਗੀ ਦੁਪੱਟਾ ਇਹਦਾ। ਲਓ ਜੀ ਬਹੁਤ ਪਿਆਰਾ ਦੁਪੱਟਾ ਹੈ ਜਿਹਦੇ ਵਿੱਚ ਸਾਰਾ ਹੈਂਡ ਪੇਂਟ ਹੈਗਾ ਸੈਂਟਰ ਦੇ ਵਿੱਚ। ਔਰ ਨਾਲ ਪੀਕਾਕ ਦੇ ਮੋਟਿਫਸ ਹੈਗੇ ਨੇ। ਬਾਰਡਰ ਫਿਨਿਸ਼ਿੰਗ ਦੇਖ ਸਕਦੇ ਹੋ ਡਬਲ ਬਾਰਡਰ ਫਿਨਿਸ਼ਿੰਗ ਦੇ ਵਿੱਚ ਆਣਗੇ। ਚਿਕਨ ਕਰੀ ਦਾ ਅਲੱਗ ਹੈ ਜੀ ਔਰ ਨਾਲ ਇਸ ਤਰ੍ਹਾਂ ਐਮਬਰਾਇਡਰੀ ਦਾ ਅਲੱਗ ਆਏਗਾ। ਇਹ ਲੋਕਾਣੀਆਂ ਸਾਰੇ ਪੀਸ ਦੀ ਆਈਟਮ ਨੰਬਰ ਸਾਡੀ ਅੱਜ ਦੀ 20 ਕੀ ਹੈ ਜੀ ਰੇਂਜ ਇਹਦੀ ਆਏਗੀ 2545 2545 ਦੀ ਰੇਂਜ ਪੀਸ ਆਏਗਾ ਜੀ ਆਈਟਮ ਨੰਬਰ 20 ਹੈ ਸਾਡੀ ਅੱਜ ਦੀ ਨੈਕਸਟ ਚਲੋ ਜੀ ਨੈਕਸਟ ਉਹਨੂੰ ਬ੍ਰਾਂਡਡ ਆਰਟੀਕਲ ਦਿਖਾ ਰਿਹਾ ਜੀ ਰਾਮ ਟੈਕਸ ਬ੍ਰਾਂਡ ਦਾ ਪੀਸ ਆਇਆ ਹੈ ਇਹ ਵਾਲਾ ਚੈੱਕ ਪੈਟਰਨ ਦਾ ਬਹੁਤ ਪਿਆਰਾ ਐਮਬਰਾਇਡਰੀ ਹੈ ਜੀ ਤੇ ਬਹੁਤ ਬਾਰੀਕ ਐਮਬਰਾਇਡਰੀ ਆਂਦੀ ਹੈਗੀ ਹੈ ਲਓ ਜੀ ਸ਼ਰਟ ਦਾ ਤੁਸੀਂ ਫਰੰਟ ਦੇਖ ਸਕਦੇ ਹੋ ਪਿਓਰ ਕਾਟਨ ਦੇ ਵਿੱਚ ਸਾਰਾ ਸ਼ਰਟ ਦਾ ਫਰੰਟ ਹੈਗਾ ਇਸ ਦੇ ਵਿੱਚ नीचे ਜਿਹੜਾ ਕੇਰਾ ਬਣਾਇਆ ਹੈਗਾ ਸਾਰਾ ਇਸ ਤਰ੍ਹਾਂ ਕੰਟਰਾਸਟ ਕਟਵਕ ਦੇ ਵਿੱਚ ਕੇਰਾ ਬਣਿਆ ਹੋਇਆ ਕੇਰੇ ਦੀ ਐਮਬਰਾਇਡਰੀ ਬਹੁਤ ਪਿਆਰੀ ਆਏਗੀ ਸਾਰਾ ਜਿਹੜਾ ਕੇਰਾ ਜੀ ਇਸ ਤਰ੍ਹਾਂ ਕੰਟਰਾਸਟ ਆਏਗਾ ਹਰਮਨ ਪ੍ਰੀਤ ਜੀ ਸਤਿ ਸ਼੍ਰੀ ਅਕਾਲ ਮੈਮ ਬੁਕਿੰਗ ਤੁਸੀਂ ਕਰਨ ਦੇ ਲਈ ਜਿਹੜਾ ਤੁਹਾਨੂੰ ਆਰਟੀਕਲ ਅੱਛਾ ਲੱਗੇ ਉਹਦਾ ਸਕਰੀਨਸ਼ਾਟ ਕਲਿੱਕ ਕਰਕੇ ਸਾਡੇ 3 ਨੰਬਰ ਜਿਹੜੇ ਵਿਜ਼ੀਬਲ ਹੈਗੇ ਨੇ ਜੀ ਡਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਵਿੱਚੋਂ ਕੋਈ ਵੀ ਇੱਕ ਨੰਬਰ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਸਕਦੇ ਹੋ ਤੁਹਾਡਾ ਆਰਡਰ ਬੁੱਕ ਹੋ ਜਾਏਗਾ ਉਸ ਤੋਂ ਬਾਅਦ ਤੁਹਾਨੂੰ ਪ੍ਰੋਪਰ ਗਾਈਡੈਂਸ ਮਿਲ ਜਾਏਗੀ ਤੁਸੀਂ ਕਿੱਦਾਂ ਪੇਮੈਂਟ ਕਰਨੀ ਹੈਗੀ ਆ ਇਸ ਤਰ੍ਹਾਂ ਸਾਰੀ ਸ਼ਰਟ ਦਾ ਜੀ ਫੈਬਰਿਕ ਹੈਗਾ ਦਾ ਸ਼ਰਟ ਦਾ ਜਿਹੜਾ بیس ਹੈ ਸਾਰਾ ਪ੍ਰਿੰਟਡ ਆਏਗਾ نیچے ਕੇਰੇ ਬਨੇ ਹੋਏ ਨੇ ਇਸ ਤਰ੍ਹਾਂ ਡਬਲ ਬੂਟੇ ਆਣਗੇ ਬਨੇ ਹੋਏ ਰੇਸ਼ਮ ਦੀ ਐਮਬਰਾਇਡਰੀ ਹੈ ਜੀ ਸਾਰੀ ਇਸ ਤਰ੍ਹਾਂ ਸ਼ੇਡਿੰਗ ਵਿੱਚ ਸਾਰੀ ਐਮਬਰਾਇਡਰੀ ਆਏਗੀ ਔਰ ਨਾਨ ਲੈਗ ਦੇ ਵਿੱਚ ਵੀ ਤੁਹਾਨੂੰ ਸਮਾਲ ਲੈਗ ਬੂਟਾ ਮਿਲੇਗਾ ਪਲੇਸਮੈਂਟ ਸਟਾਈਲ ਦੇ ਵਿੱਚ ਇਹ ਲੋਕਾਣੀ ਦੀ ਸਾਰੀ ਸ਼ਰਟ ਦੀ ਸ਼ਰਟ ਦਾ ਬੈਕ ਵੀ ਸੇਮ ਆਏਗਾ ਦੇਖ ਸਕਦੇ ਹੋ ਨਾਲ ਪ੍ਰੋਪਰ ਸਾਰੀ ਬ੍ਰਾਂਡਿੰਗ ਆਏਗੀ ਫੈਬਰਿਕ ਦੀ ਬਾਟਮ ਵੀ ਸੇਮ ਹੈਗਾ ਜੀ ਪ੍ਰਿੰਟਡ ਦੇ ਵਿੱਚ ਆਏਗਾ ਬੈਕ ਵੀ ਸੇਮ ਹੈਗੀ ਹੈ ਔਰ ਸ਼ਰਟ ਸਾਰਾ ਪੂਰਾ ਪ੍ਰੋਪਰ ਐਮਬਰਾਇਡਰੀ ਵਿੱਚ ਆਏ ਇਦੇ ਨਾਲ ਜਿਹੜਾ ਦੁਪੱਟਾ ਜੀ ਉਹ ਬਹੁਤ ਸਮਾਰਟ ਆਏਗਾ ਇਸ ਤਰ੍ਹਾਂ ਦੁਪੱਟਾ ਆਏਗਾ ਜੀ ਇਹਦਾ ਕੋਟਾ ਡੋਰੀਆ ਦਾ ਰੈਸਟ ਕਲਰ ਦਾ ਕੰਟਰਾਸਟ ਦੁਪੱਟਾ ਆਂਦਾ ਜੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਮਬਰਾਇਡਰੀ ਕਿੰਨੀ ਪਿਆਰੀ ਕੀਤੀ ਹੋਈ ਹੈ ਬਿਊਟੀਫੁੱਲ ਐਮਬਰਾਇਡਰੀ ਆਏਗੀ ਨਾਲ ਬੂਟੇ ਬਨੇ ਹੋਏ ਨੇ ਇਸ ਤਰ੍ਹਾਂ ਇਹ ਰੁਕਾਣੀਆਂ ਸਾਰੇ ਪੀਸ ਦੀ ਡਿਜ਼ਾਈਨਰ ਕਨਸੈਪਟ ਹੈਗਾ ਜੀ ਕਲਰ ਮੈਚਿੰਗ ਬਹੁਤ ਪਿਆਰੀ ਹੈਗੀ ਹੈ ਆਈਟਮ ਨੰਬਰ ਸਾੜੀ ਆਸ ਦੀ 21 ਹੈ ਰੇਂਜ ਦੀ ਆਏਗੀ 2575 2575 ਦੀ ਰੇਂਜ ਪੀਸ ਆਏਗਾ ਜੀ ਆਈਟਮ ਨੰਬਰ ਸਾੜੀ ਆਸ ਦੀ 21st ਨੈਕਸਟ ਚਲੋ ਜੀ ਨੈਕਸਟ ਉਹਨੂੰ ਪਿਓਰ ਕੋਟਾ ਡੋਰੀਆ ਦੇ ਵਿੱਚ ਇੱਕ ਹੋਰ ਨਵਾਂ ਡਿਜ਼ਾਈਨਰ ਕਨਸੈਪਟ ਦਿਖਾ ਰਹੇ ਹਾਂ ਜੀ ਥਿਸ ਯੂ ਕੈਨ ਯੂਜ਼ ਇਨ ਅ ਪਾਰਟੀ ਵੇਅਰ ਫੰਕਸ਼ਨ ਐਸ ਵੈਲ ਥੋੜਾ ਹੈਵੀ ਪੀਸ ਆਏਗਾ ਜੀ ਸ਼ਾਰਟ ਦਾ ਫਰੰਟ ਐਂਡ ਬੈਕ ਪੂਰਾ ਹੈਵੀ ਆਏਗਾ ਬਹੁਤ ਡਿਜ਼ਾਈਨਰ ਪੀਸ ਹੈਗਾ ਇਹ ਵਾਲਾ ਇਸ ਤਰ੍ਹਾਂ ਦੇਖ ਸਕਦੇ ਆਗੇ ਹਾਂ ਪਿਸਤਾਚਿਓ ਸ਼ੇਡ ਦੇ ਵਿੱਚ ਪੀਸ ਆਏਗਾ ਐਪਲ ਗ੍ਰੀਨ ਕਲਰ ਆਏਗਾ ਸਾਰੀ ਸ਼ਰਟ ਦੇ ਵਿੱਚ ਕੋਟਾ ਡੋਰੀਆ ਦਾ ਕਨਸੈਪਟ ਹੈ ਨਾਲ ਜਿਹੜੇ ਲੇਸਿਸ ਬਣੇ ਹੋਏ ਨੇ نیچے ਬਹੁਤ ਪਿਆਰੇ ਬਾਰੀਕ ਲੇਸਿਸ ਆਣਗੇ نیچے ਕੇਰੇ ਦੇ ਵਿੱਚ सेंटर सारा जरा वर्क है जी रेशम का आएगा बहुत प्यारा बिलकुल बारीक वर्क है सारी दा। है, है के शर्ट इस तरह रेशम का और जोड़े दोनों साइड्स है आन गए इस तरह सीकुएंस वर्क सो यह पैनल स्टाइल कॉन्सैप्ट जी इस तरह शर्ट का पूरा फ्रंट आएगा यह स्पेल चीज़ है जी शर्ट का फरंट भी सेम है और बैक भी सेम आएगा सब तो जारी अच्छी चीज़ है इस पीस शर्ट का फरंट एंड बैक सेम है और जी बॉटम आएगी प्लेन आएगी कॉटन की प्योर बॉटम आएगी दुपट्टा आएगा जी और गेंजा डिजाइनर और गेंजा का दुप्टा आएगा सेम कलर का जेद्ब चारों साइड से इस तरह बने आन गया जी बॉर्डर स्कैलपिंग का सारा थ्रेडवर्क का बॉर्डर आएगा चारों साइड से सेंटर भी सारी एम्ब्रॉयडरी है समे सेम बूटे जो शर्ट त देखा तो इस तरह लुक आएगी सारे पीस दी। पिस्ता कलर का पीस आएगा जी प्योर कॉटन की बॉटम है शर्ट का फ्रंट एंड बैक दोनों सेम अट्रैक्टिव है आइटम नंबर साड़ी आई जी ट्वेंटी सैकेंड है रेंजी आएगी थ्री वन नाइन फाइव 3195 ਦੇ ਰੇਂਜ ਪੀਸ ਆਏਗਾ ਜੀ ਆਈਟਮ ਨੰਬਰ 22 ਹੈ ਕੀ ਨੈਕਸਟ ਚਲੋ ਜੀ ਨੈਕਸਟ ਆਰਟੀਕਲ ਜੀ ਵਾਈਟ ਕਲਰ ਦੇ ਵਿੱਚ ਸੋਲੋ ਕਨਸੈਪਟ ਆਂਦਾ ਹੈ ਇਹਦੇ ਵਿੱਚ ਬਹੁਤ ਹੀ ਪਿਆਰਾ ਹੈਂਡ ਪੇਂਟ ਦਾ ਹੀ ਪੀਸ ਆਏਗਾ ਇਹ ਵਾਲਾ ਸਾਰਾ ਚਿਕਨ ਕਰੀ ਦਾ ਫੈਬਰਿਕ ਹੈਗਾ ਜੀ ਇਹ ਵਾਲਾ ਕਾਟਨ ਦੇ ਵਿੱਚ ਪਿਓਰ ਆਏਗਾ ਕਾਟਨ ਦਾ ਪੀਸ ਹੈ ਇਹ ਵਾਲਾ ਦੇਖ ਸਕਦੇ ਹੋ ਸਾਰੀ ਸ਼ਰਟ ਦੀ ਲੁੱਕ ਕਿੰਨੀ ਪਿਆਰੀ ਹੈਗੀ ਬੜਾ ਦੂਰੋਂ ਤੋਂ ਖੜਾ ਹਾਂ ਤੁਹਾਨੂੰ ਮੈਂ ਇਹਦੇ ਵਿੱਚ ਜਿਹੜਾ ਕੇ ਰਹਿ ਗਿਆ ਜੀ ਇਸ ਤਰ੍ਹਾਂ ਡਿਜ਼ਾਈਨਰ ਕੇਰਾ ਬਣਿਆ ਆਏਗਾ ਡਬਲ ਬਾਰਡਰ ਦੇ ਵਿੱਚ ਇੱਕ ਬਾਰਡਰ ਆਏਗਾ ਜਿਸ ਤਰ੍ਹਾਂ ਚਿਕਨ ਕਰੀ ਦਾ ਸੈਕਿੰਡ ਬਾਰਡਰ ਦੇ ਵਿੱਚ ਹੈਂਡ ਪੇਂਟ ਹੈਗਾ ਫਿਰੋਜ਼ੀ ਕਲਰ ਦਾ ਗੋਟਾ ਪਤਰੀ ਨਾਲ ਹਾਈਲਾਈਟ ਕੀਤਾ ਹੋਇਆ ਸਾਰੀ ਸ਼ਰਟ ਤੇ ਦੇਖ ਸਕਦੇ ਹੋ ਜੀ ਹੈਂਡ ਪੇਂਟ ਦੇ ਨਾਲ देयर इज अ ਵੈਰੀ ਨਾਈਸ ਐਡੀਸ਼ਨ ਜੋ ਸਿਹ 3D ਫਲਾਵਰਸ ਜੀ ਕੀਤੀ ਹੋਈ ਹੈ اسپੈਸ਼ਲੀ 3D ਫਲਾਵਰਸ ਜੀ ਫੈਬਰਿਕ ਤੋਂ ਕੱਟ ਹੁੰਦੇ ਨੇ देयर इज अ ਲਾਟ ਆਫ ਲੇਬਰ ਟਾਈਮ ਇਨ ਥਿਸ ਵਰਕ ਕਾਫੀ ਅਚ ਲੇਬਰ ਟਾਈਮ ਲੱਗਦਾ ਤਾਂ ਇਸ ਤਰ੍ਹਾਂ ਦੀ ਇੱਕ ਲੁੱਕ ਕ੍ਰੀਏਟ ਹੁੰਦੀ ਹੈ ਬੜੀ ਆਰਟਿਸਟਿਕ ਜੀ ਲੁੱਕ ਹੈ ਜੀ ਸਪੀਸ ਦੀ ਸ਼ਰਟ ਦਾ ਜਿਹੜਾ ਬੇਸ ਹੈ ਉਹਦੇ ਵਿੱਚ ਦੇਖ ਸਕਦੇ ਹੋ ਉਸਾਰੀ ਐਮਬਰਾਇਡਰੀ ਵੀ ਕੀਤੀ ਹੋਈ ਸ਼ੋਰ ਦੇਸ ਦਾ ਫਰੰਟ ਆਏਗਾ ਜੀ ਸੇਮ ਇਹਦਾ ਬੈਕ ਬਣਿਆ ਆਏਗਾ ਫਰੰਟ ਬੈਕ ਦੋਨੋਂ embroidery ਦੇ ਵਿੱਚ ਹੈ ਨਾਲ ਕੇਰਾ ਵੀ ਇਸ ਤਰ੍ਹਾਂ ਹੀ ਸੇਮ ਆਏਗਾ ਇਹਦੇ ਵਿੱਚ ਜਿਹੜਾ ਬਾਟਮ ਹੈ ਜੀ ਵਾਈਟ ਕਲਰ ਦਾ ਪਿਓਰ ਕਾਟਨ ਦਾ ਆਏਗਾ ਕਲੀਨ ਬਾਟਮ ਆਏਗਾ ਔਰ ਦੇਖ ਜਿਹੜਾ ਦੁਪੱਟਾ ਵੀ ਬਹੁਤ ਸਮਾਰਟ ਹੈ ਕੋਟਾ ਟੋਰੀਆ ਦਾ ਡਿਜ਼ਾਈਨਰ ਦੁਪੱਟਾ ਆਏਗਾ ਜੀ ਇਹਦੇ ਵਿੱਚ ਦੁਪੱਟੇ ਦੇ ਵਿੱਚ ਪੂਰਾ ਪ੍ਰੋਪਰ ਇਸ ਤਰ੍ਹਾਂ ਲੁੱਕ ਆਏਗੀ ਸਾਰਾ ਹੈਂਡ ਪੇਂਟ ਕੀਤਾ ਹੋਇਆ ਦੁਪੱਟੇ ਦੇ ਵਿੱਚ ਸਾਰਾ ਇਸ ਨਾਲ 3D ਫਲਾਵਰਸ ਦਾ ਵਰਕ ਆਏਗਾ ਨਾਲ ਹੈਂਡ ਪੇਂਟ ਕੀਤਾ ਦੁਪੱਟੇ ਦੇ ਵਿੱਚ ਚਾਰੇ ਸਾਈਡ ਸੇ ਡਬਲ ਬਾਰਡਰ ਬਣੇ ਹੋਏ ਨੇ ਗੋਟਾ ਪੱਤੀ ਦੀ ਔਰ ਲੇਸਿਸ ਦੇ ਸਾਰੇ ਬਾਰਡਰ ਆਣਗੇ ਇਹ ਲੁੱਕ ਆਏਗੀ ਜੀ ਸਾਰੇ ਕਨਸੈਪਟ ਦੀ ਸਾਰਾ ਆਰਟਿਸਟਿਕ ਜਿਹਾ ਕਨਸੈਪਟ ਹੈਗਾ ਜੀ 3D ਫਲਾਵਰਸ ਔਰ ਹੈਂਡ ਪੇਂਟ ਦਾ ਵਿੱਚ ਪੀਸ ਆਏਗਾ ਵਾਈਟ ਕਲਰ ਦਾ ਆਈਟਮ ਨੰਬਰ ਸਾਡੀ ਆਜ ਦੀ 23 ਹੈਗੀ ਹੈ ਜੀ ਰੇਂਜ ਇਹਦੀ ਆਏਗੀ 2795 2795 ਦੀ ਰੇਂਜ ਪੀਸ ਆਏਗਾ ਆਈਟਮ ਨੰਬਰ ਸਾਡੀ ਆਜ ਦੀ 23 ਹੈਗੀ ਹੈ ਹੋਂ ਤੁਹਾਨੂੰ ਦਿਖਾਏ ਸੀਗੇ ਜੀ ਸਮਰ ਦੇ ਕਾਟਨ ਸੂਟਸ ਐਂਡ ਐਜ਼ ਆਈ ਮੈਂਸ਼ਨਡ ਅਰਲੀਅਰ ਇਨ ਦਾ ਵੀਡੀਓ ਜਿਹੜੇ ਸਾਡੇ ਨਾਲ ਅੱਜ ਦੀ ਵੀਡੀਓ ਦੇ ਐਂਡ ਤੱਕ ਬਣੇ ਰਹਿਣਗੇ ਉਹਨਾਂ ਉਸੇ ਸਪੈਸ਼ਲ ਇੱਕ ਸਰਪ੍ਰਾਈਜ਼ ਹੈ ਹੋਂ ਤੱਕ ਤੁਹਾਨੂੰ ਦਿਖਾਏ ਸੀਗੇ ਜੀ 23 90 ਆਰਟੀਕਲਸ ਜੋ ਸੀਗੇ ਸਮਰ ਦੇ ਹੋਂ ਤੁਹਾਨੂੰ ਪਾਰਟੀ ਵੇਅਰ ਸਿਲਕ ਦੇ ਸੂਟ ਦਿਖਾਣੇ ਜੋ ਬਿਲਕੁਲ ਬ੍ਰਾਂਡ ਨਿਊ ਸੈਂਪਲਸ ਆਏ ਸੀਗੇ ਉਹ 7 ਆਰਟੀਕਲਸ ਆ ਗਏ ਨੇ ਅੱਜ ਦੇ ਬਹੁਤ ਪਿਆਰੇ ਪੀਸਿਸ ਆ ਗਏ ਨੇ ਅੱਛੀ ਰੇਂਜ ਦੇ ਵਿੱਚ ਬਣੇ ਹੋਏ ਨੇ ਔਰ ਬਿਲਕੁਲ ਬ੍ਰਾਂਡ ਨਿਊ ਹੈ ਜੀ ਸਾਡੇ ਸਟੋਰ ਤੇ ਤੁਸੀਂ ਦੇਖੇ ਵੀ ਨਹੀਂ ਹੋਣਗੇ ਇਸ ਲਈ ਨਵੀਂ ਚੀ ਸੋ ਸ਼ੁਰੂ ਕਰ ਰਹੇ ਸੀ ਹੁਣ ਪਾਰਟੀ ਵਾਲਾ ਆਰਟੀਕਲਸ ਦੇ ਵਿੱਚ ਏਸੀ ਵੀਡੀਓ ਨੂੰ ਕੰਟੀਨਿਊ ਕਰਦੇ ਹੋਏ ਫਿਰੋਜ਼ੀ ਕਲਰ ਦਾ ਪੀਸ ਆਇਗਾ ਇਹ ਵਾਲਾ ਸਿਲਕ ਦਾ ਪੀਸ ਹੈਗਾ ਜਿਹਦੇ ਵਿੱਚ ਕੇਰਾ ਬਹੁਤ ਸਮਾਰਟ ਆਏਗਾ ਨੀਚੇ ਸਾਰਾ ਜਿਹੜਾ ਥ्रेड ਵਰਕ ਹੈਗਾ ਜੀ ਔਰ ਨਾਲ ਉੱਪਰ ਸ਼ੀਸ਼ੇ ਨਾਲ ਹਾਈਲਾਈਟ ਕੀਤਾ ਹੋਇਆ ਮਿਰਰ ਵਰਕ ਦੇ ਨਾਲ ਕੇਰਾ ਸਾਰਾ ਇਸ ਤਰ੍ਹਾਂ ਬ੍ਰੌਡ ਆਏਗਾ ਜੀ 10 ਇੰਚਸ ਦਾ ਨਾਲ ਲੇਸਿਸ ਲੱਗੇ ਹੋਏ ਨੇ ਕੇਰੇ ਵਿੱਚ ਪੋਲ ਵਰਕ ਦੀ ਸਾਰੀ ਸ਼ਰਟ ਤੇ ਸੇਮ ਰੇਸ਼ਮ ਦਾ ਜਾਲ ਆਏਗਾ ਔਰ ਨੈਕ ਬਹੁਤ ਅਟਰੈਕਟਿਵ ਹੈ ਦਾ ਨੈਕ ਦੇ ਵਿੱਚ ਸਾਰਾ ਬਾਰੀਕ ਵਰਕ ਕੀਤਾ ਹੋਇਆ ਹੈ ਦੇਖਸਾ ਤਾਂ ਰेशम ਦੀ ਔਰ ਮਿਰਰ ਦੀ ਐਮਬਰਾਇਡਰੀ ਆਏਗੀ ਇਹ ਸ਼ਰਟ ਦਾ ਫਰੰਟ ਹੈਗਾ ਜੀ ਸਿਲਕ ਦੀ ਸ਼ਰਟ ਹੈਗੀ ਹੈ ਨਾਲ ਜਿਹੜਾ ਬਾਟਮ ਹੈ ਉਹ ਵੀ ਸੇਮ ਕਲਰ ਦਾ ਸਿਲਕ ਦਾ ਹੀ ਆਏਗਾ ਇਹਦੇ ਨਾਲ ਜਿਹੜਾ ਦੁਪੱਟਾ ਹੈ ਜੋ ਵੀ ਬਹੁਤ ਸਮਾਰਟ ਹੈਗਾ ਦੁਪੱਟਾ ਇਹਦਾ ਆਏਗਾ ਚਿਨੌਨ ਦਾ ਦੁਪੱਟਾ ਚਾਰੋਂ ਸਾਈਡਸ ਤੋਂ ਦੁਪੱਟਾ ਪੂਰਾ ਹੈਵੀ ਆਏਗਾ ਜੀ ਬਾਰਡਰ ਪੂਰਾ ਹੈਵੀ ਬਣਿਆ ਹੋਇਆ ਹੈ ਚਾਰੋਂ ਸਾਈਡਸ ਤੋਂ ਮਿਰਰ ਵਰਕ ਦਾ ਸਾਰਾ ਬਾਰਡਰ ਆਏਗਾ ਨਾਲ ਲੇਸਿਸ ਲੱਗੇ ਹੋਏ ਨੇ ਪਰਲ ਵਰਕ ਦੇ ਪ੍ਰੋਪਰ ਸਾਰਾ ਜਿਹੜਾ ਪੀਸ ਹੈ ਜੀ ਫਿਨਿਸ਼ਿੰਗ ਵਿੱਚ ਆਏਗਾ ਪਿਓਰ ਚਿਨੌਨ ਦਾ ਦੁਪੱਟਾ ਹੈਗਾ ਬਿਊਟੀਫੁਲ ਕਨਸੈਪਟ ਹੈ ਜੀਔਰ ਬਿਲਕੁਲ ਸਾਡੀ ਨਵੀਂ ਕਲੈਕਸ਼ਨ ਚੋਂ ਜਿਹੜੇ ਹੁਣ ਪੀਸਿਸ ਦਿਖਾ ਰਹੇ ਹਾਂ ਉਹ ਬਲੇ ਇਹਨੇ ਬਲੇ ਆਈਟਮ ਨੰਬਰ ਸਾਡੀ ਹੈ ਜੀ 24 ਹੈਗੀ ਹੈ ਜੀ ਰੇਂਜ ਦੀ ਆਏਗੀ 3700 ਦੀ 3700 ਪ੍ਰਾਈਸ ਹੈ ਜੀ ਆਈਟਮ ਨੰਬਰ 24 ਹੈਗੀ ਹੈ ਅਗੇਨ ਮੈਂ ਤੁਹਾਨੂੰ ਦੱਸ ਰਿਹਾ ਜੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਡੋਂਟ ਵਰੀ ਇਹ ਵੀ ਜਿਹੜੇ ਆਰਟੀਕਲਸ ਉਹਨੂੰ ਪਾਰਟੀ ਵਿੱਚ ਦਿਖਾਵਾਂਗੇ ਬਹੁਤ ਰੀਜ਼ਨੇਬਲ ਰੇਂਜ ਦੇ ਵਿੱਚ ਹੈਗੇ ਨੇ ਨੈਕਸਟ ਚਲੋ ਜੀ ਨੈਕਸਟ ਉਹਨੂੰ ਦਿਖਾਣਾ ਜੀ ਵੋਵਨ ਕਨਸੈਪਟ ਆਏਗਾ ਬਹੁਤ ਬਿਊਟੀਫੁਲ ਲਾਈਟ ਪਿਸਟਰਾ ਕਲਰ ਦਾ ਪੀਸ ਆਏਗਾ ਜੀ ਵੋਵਨ ਸਾਰਾ ਕਨਸੈਪਟ ਹੈ ਮੀਨਾ ਕਰੀ ਦਾ ਬਹੁਤ ਹੀ ਪਿਆਰਾ ਪੀਸ ਬਣਿਆ ਹੋਇਆ ਇਸ ਤਰ੍ਹਾਂ ਸਾਰੀ ਸ਼ਰਟ ਵਿੱਚ ਇਹਦੀ ਵੀਵਿੰਗ ਆਏਗੀ ਜੀ ਕੇਰਾ ਜਿਹੜਾ ਬਣਿਆ ਹੈ ਵੀਵਿੰਗ ਸਾਰਾ ਇਸ ਤਰ੍ਹਾਂ ਮੀਨਾ ਕਰੀ ਦੀ ਆਏਗੀ ਮਸਟਰਡ ਐਂਡ ਔਰੇਂਜ ਐਂਡ ਪਿੰਕ ਕਰਦੀ ਸਾਰੀ ਵੀਵਿੰਗ ਹੈ ਜੀ ਨੀਚੇ ਕੇਰੇ ਦੇ ਵਿੱਚ ਬਿਊਟੀਫੁਲ ਸਾਰੀ ਵੀਵਿੰਗ ਹੈ ਜੀ ਕੇਰੇ ਦੇ ਵਿੱਚ ਸਾਰੀ ਸ਼ਰਟ ਵਿੱਚ ਇਸ ਤਰ੍ਹਾਂ ਜਾਲ ਆਏਗਾ ਪ੍ਰੋਪਰ ਬਨਾਰਸੀ ਜਾਲ ਬਣਿਆ ਹੋਇਆ ਇਸ ਨਾਲ ਸ਼ર્ટ ਦਾ ਫਰੰਟ ਹੈਗਾ ਜੀ ਨਾਲ ਜਿਹੜਾ ਬੈਕ ਆਏਗਾ ਉਹ ਵੀ ਸੇਮ ਹੈ ਜੀ ਸਭ ਤੋਂ ਪਿਆਰੀ ਚੀਜ਼ ਹੈ ਸਪੀਸ ਦੀ ਸ਼ਰਟ ਦਾ ਫਰੰਟ ਐਂਡ ਬੈਕ ਬਿਲਕੁਲ ਡਟੋ ਸੇਮ ਹੈਗਾ ਜੀ ਵੀਵਿੰਗ ਵੀ ਸਾਰੀ ਸ਼ਰਟ ਦੀ ਨਾਲ ਬਾਟਮ ਆਏਗਾ ਟਾਫਟਾ ਸਿਲਕ ਦਾ ਇਸ ਤਰ੍ਹਾਂ ਹੁਣ ਇਹਦੇ ਨਾਲ ਜਿਹੜਾ ਦੁਪੱਟਾ ਹੈ ਜੀ ਉਹ ਬਹੁਤ ਸਪੈਸ਼ਲ ਹੈ ਉਹ ਤੁਹਾਨੂੰ ਦਿਖਾਣ ਜਾ ਰਹੇ ਹਾਂ ਦੁਪੱਟਾ ਇਹਦਾ ਆਏਗਾ ਕੰਟਰਾਸਟ ਪਿਓਰ ਚਨਾਉਣ ਦੀ ਚੁੰਨੀ ਆਏਗੀ ਜੀ ਫੈਬਰਿਕ ਜਿਹੜਾ ਦੇਖ ਸਕਦੇ ਹੋ ਬਹੁਤ ਪ੍ਰੀਮੀਅਮ ਹੈ ਚੁੰਨੀ ਦਾ ਚਨਾਉਣ ਦੇ ਕਰਕੇ ਜੀ ਜਿਉਂ ਇਹਦਾ ਫੀਲ ਹੈਗੀ ਹੈ ਦੁਪੱਟੇ ਦੀ ਬੜੀ ਪਿਆਰੀ ਆਂਦੀ ਹੈ ਔਰ ਕੰ ਪੀਚ ਕਰਦਾ ਦੁਪੱਟਾ ਹੈਗਾ ਇਸ ਦਾ ਸਾਰੀ ਕਾਨੀ ਪ੍ਰਿੰਟਿੰਗ ਕੀਤੀ ਹੋਈ ਹੈ ਦੁਪੱਟੇ ਦੇ ਵਿੱਚ ਸੋ ਇਹ ਲੁੱਕ ਆਏਗੀ ਜੀ ਸਾਰੇ ਪੀਸ ਦੀ ਆਈਟਮ ਨੰਬਰ ਸਾਡੀ ਆਜ ਦੀ ਹੈ ਵਾਲੀ 25 ਰੇਂਜ ਇਹ ਦੀ ਆਏਗੀ 3100 ਦੀ 3100 ਪ੍ਰਾਈਸ ਹੈ ਜੀ ਇਸ ਦਾ ਆਈਟਮ ਨੰਬਰ ਸਾਡੀ ਆਜੀ 21st ਹੈਗੀ ਹੈ ਨਿਸ਼ੀਸ਼ ਹੋਣੀ ਦੀ ਸਸ਼ਕਾਲ ਮੈਮ ਵੈਰੀ ਮੈਂ ਤੁਹਾਨੂੰ ਮੈਂ ਅੱਗੇ ਵੀ ਮੈਂਸ਼ਨ ਕੀਤਾ ਹੈਗਾ ਜੀ ਆਰਡਰ ਕਰਨਾ ਇਜ਼ ਵੈਰੀ ਈਜ਼ੀ ਜਿਵੇਂ ਤੁਸੀਂ ਆਰਟੀਕਲ ਇਹ ਵਾਦਾ ਦੇਖ ਰਹੇ ਹੋ ਫਿਊ ਲਾਈਕ ਦਿਸ ਆਰਟੀਕਲ ਯੂ ਕੈਨ ਜਸਟ ਕਲਿਕ ਅ ਸਕਰੀਨਸ਼ਾਟ ਆਫ ਦਿਸ ਪੀਸ स्क्रीनशॉट तुम्हें तो अपने फ़ोन लैके साढे जो थ्री नंबर अवेलेबल ने उन्होंने अपना ऑर्डर प्लेस हैं क्यों? ऑलसो डू मैनशन योर शिपिंग एड्रैस सो दैट वी कैन गाइड यू तू प्रोपर अभी दस सकी भी तो पेमेंट कितना कर सकते हो और कि देर के पीस पहुँच जाएगा नैक्सट चल रहा जी हूँ असी लाइलैक कलर का पीस आएगा हैंडवर्क का पीस है जी एम्ब्रॉयडरी का बहुत प्यारा हाफ एंड हाफ का कॉन्सैप्ट आएगा और गैनजा के बनया हुआ पीस है वाला लो जी ਲਾਈਲੈਕ ਕਰਦਾ ਪੀਸ ਆਏਗਾ ਸਾਰਾ organza بیس ਦੇ ਉੱਤੇ ਪੀਸ ਹੈਗਾ ਇਹ ਵਾਲਾ ਹਾਫ ਐਨਫ ਕਨਸੈਪਟ ਆਏਗਾ ਦੇਖ ਸਕਦੇ ਹੋ ਕਿਉਂ ਇਸ ਤਰ੍ਹਾਂ ਸਾਰੀ ਸ਼ਰਟ ਬਣੀ ਜੀ ਦੀ ਸ਼ਰਟ ਵਿੱਚ ਜਿਹੜਾ ਕੇ ਰਹਿ ਗਿਆ ਸਾਰਾ ਜਿਹੜਾ ਪੀਸ ਬਣਿਆ ਕੇਲੇ ਦੇ ਵਿੱਚ ਸਾਰਾ ਹੈਂਡਵਰਕ ਦੇ ਵਿੱਚ ਆਏਗਾ ਬੀਡਵਰਕ ਕੀਤਾ ਹੋਇਆ نیچے ਸਾਰਾ ਪ੍ਰੋਪਰ ਔਰ ਇਹਦੇ ਵਿੱਚ ਜਿਹੜੀ ਬਿਊਟੀਫੁਲ ਚੀਜ਼ ਹੈ ਜੀ ਵਨ ਸਾਈਡ ਦੇ ਵਿੱਚ ਦੇਖ ਸਕਦੇ ਹੋ ਸਾਰਾ ਮਿਰਰ ਵਰਕ ਕੀਤਾ ਹੋਇਆ ਸ਼ੀਸ਼ੇ ਦਾ ਕੰਮ ਆਏਗਾ ਔਰ ਵਨ ਸਾਈਡ ਦੇ ਵਿੱਚ ਸਾਰੇ ਇਸ ਤਰ੍ਹਾਂ ਜਾਲ ਆਏਗਾ ਫਲਾਵਰਸ ਦਾ ਵਨ ਸਾਈਡ ਦੇਖ ਸਕਦੇ ਹੋ ਪ੍ਰੋਪਰ ਪਿਟਾ ਵਰਕ ਔਰ ਪਰਪਲ ਕਰਦੇ ਸਾਰੇ ਫਲਾਵਰਸ ਹੈਗੇ ਨੇ ਸੈਂਟਰ ਵਿੱਚ ਬਹੁਤ ਪਿਆਰੇ ਮੋਟਿਫਸ ਆਨਗੇ ਜੀ ਇਸ ਤਰ੍ਹਾਂ ਬਹੁਤ ਮੋਟਿਫਸ ਆਨਗੇ ਸੈਂਟਰ ਦੇ ਵਿੱਚ ਬਹੁਤ ਪਿਆਰੇ ਬਣੇ ਹੋਏ ਔਰ ਨਾਲ neck ਜਿਹੜਾ ਬਣਿਆ ਹੋ ਵੀ ਬਹੁਤ ਸਮਾਰਟ ਹੈ neck ਵਿੱਚ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਸਾਰੇ ਟونز ਯੂਜ਼ ਕੀਤੇ ਹੋਏ ਨੇ ਜੀ ਇਸ ਰੇਸ਼ਮ ਦੇ ਪਿੰਕ ਪਰਪਲ ਫਿਰੋਜ਼ੀ ਔਰ ਨਾਲ ਸਾਰਾ ਬੀਡਵਰਕ ਆਏਗਾ ਇਸ ਤਰ੍ਹਾਂ ਇਹ ਲੁੱਕ ਆਏਗੀ ਜੀ ਸਾਰੀ ਸ਼ਰਟ ਦੀ ਇਹਦੇ ਨਾਲ ਜਿਹੜਾ ਬਾਟਮ ਹੈ ਸਿਲਕ ਵਿੱਚ ਆਏਗਾ ਸੇਮ ਲਾਈਲੈਕ ਕਲਰ ਦਾ ਹੀ ਬਾਟਮ ਆਏਗਾ ਦੁਪੱਟਾ ਇਹਦਾ ਕੰਟਰਾਸਟ ਹੈਗਾ ਜੀ ਦੁਪੱਟਾ ਆਏਗਾ ਬਹੁਤ ਪਿਆਰਾ ਚਨੌਨ ਦੀ ਚੁੰਨੀ ਆਏਗੀ ਜੀ ਕੰਟਰਾਸਟ ਪਰਪਲ ਕਲਰ ਦੀ ਬਹੁਤ ਪਿਆਰੀ ਬ੍ਰਾਈਟ ਕੰਬੀਨੇਸ਼ਨ ਦੇ ਵਿੱਚ ਅੱਜ ਕੱਲ ਜੋ ਸਮਰ ਦਾ ਕਨਸੈਪਟ ਚੱਲ ਰਿਹਾ ਜੀ ਲਾਈਟ ਐਂਡ ਬ੍ਰਾਈਟ ਦਾ ਉਹ ਤੁਹਾਨੂੰ ਦਿਖਾ ਰਹੇ ਹਾਂ ਕਾਫੀ ਹੌਟ ਸੇਲਿੰਗ ਚੀਜ਼ ਹੈਗੀ ਜੀ ਇਹ ਵਾਲੀ ਕਾਫੀ ਅਟਰੈਕਟਿਵ ਹੈਗੀ ਹੈ ਚਾਰੇ ਸਾਈਡਸ ਤੇ ਦਾ ਬਾਰਡਰ ਆਏਗਾ ਜੀ ਇਸ ਤਰ੍ਹਾਂ ਸਕੈਲਪਿੰਗ ਦੇ ਵਿੱਚ ਆਏਗਾ ਨਾਲ ਕਾਰਨਰਸ ਆਣਗੇ ਇਸ ਤਰ੍ਹਾਂ ਹੈਂਡਵਰਕ ਦੇ ਔਰ ਸੈਂਟਰ ਸਾਰਾ ਮਿਰਰ ਵਰਕ ਕੀਤਾ ਹੋਇਆ ਚੁੰਨੀ ਦੇ ਵਿੱਚ ਸਾਰੀ ਚੁੰਨੀ ਦੇ ਵਿੱਚ ਮਿਰਰ ਵਰਕ ਆਏਗਾ ਦੇਖ ਸੋ ਤਾਂ ਜੀ ਇਸ ਲੁੱਕ ਦੇ ਵਿੱਚ ਪੀਸ ਬਣਿਆ ਹੋਇਆ ਹੈ ਵਾਲਾ 컬러 ਕੰਬੀਨੇਸ਼ਨ ਬਹੁਤ ਸਮਾਰਟ ਹੈਗਾ ਜੀ ਪੀਸ ਦਾ ਔਰ ਜੋ ਲੁੱਕ ਹੈਗੀ ਹੈਂਡ ਐਮਬਰਾਇਡਰੀ ਦੀ ਵੀ ਬਹੁਤ ਸਮਾਰਟ ਹੈਗੀ ਹੈ ਆਈਟਮ ਨੰਬਰ ਸਾਡੀ ਆਈਸੀ ਕੀ 26 ਰੇਂਜ ਇਹਦੀ ਆਏਗੀ 5540 5540 ਦੀ ਰੇਂਜ ਪੀਸ ਆਏਗਾ ਜੀ ਹੈਂਡ ਵਰਕ ਦਾ ਕਨਸੈਪਟ ਹੈ ਹਾਫ ਐਨਫ ਦੇ ਵਿੱਚ ਨਾਲ ਪਿਓਰ ਚਨਾਉਣ ਦੀ ਚੁੰਨੀ ਆਏਗੀ ਪੂਰੀ ਬ੍ਰਾਈਟ ਕੰਬੀਨੇਸ਼ਨ ਦੇ ਨਾਲ ਨੈਕਸਟ ਚਲੋ ਜੀ नैक्सों ओरगैनजा एक होर कॉन्सैप्ट दिखा रहे हैं जी डिजाइनर पीस आएगा एप्लीक वर्क के लो जी मिंट कलर शर्ट आएगी स्काई ब्लू कलर की सारी शर्ट हैगी है इस तरह सारी शर्ट तो है जरा वर्क है जी बहुत नाइस है घेरा बहुत प्यारा बनया हुआ है इस तरह नीचे टेन इंचज़ का घेरा बनया है एंड वी आर गिविंग यू स्कैल्पिंग इन दिस घेरा कट वर्क आएगा नीचे यारा जो मल्टी कलर देख रहे हो जी दिस इज ऑल एपलीक वर्क ਇਸ ਸਾਰਾ ਫੈਬਰਿਕ ਕੱਟ ਕਰਕੇ ਲੱਗਿਆ ਹੋਇਆ ਉਹਦੇ ਨਾਲ ਆਊਟਲਾਈਨ ਕੀਤਾ ਹੋਇਆ ਨਾਲ ਕਲਰਡ ਆਊਟਲਾਈਨ ਹੈਗੀ ਸਾਰੀ ਮਸਟਰਡ ਫਿਰੋਜ਼ੀ ਐਂਡ ਪੀਚ ਕਰਦੀ ਸਾਰੀ ਇਸ ਤਰ੍ਹਾਂ ਐਮਬਰਾਇਡਰੀ ਆਈਗੀ ਦੀ ਬਹੁਤ ਬਿਊਟੀਫੁੱਲ ਸਾਰੀ ਹੈਂਡ ਐਮਬਰਾਇਡਰੀ ਹੈ ਜੀ ਸ਼ਰਟ ਤੇ ਜਿਹੜਾ ਜਾਲ ਹੈ ਉਹ ਵੀ ਸਾਰਾ ਕਲਰਫੁੱਲ ਆਏਗਾ ਗ੍ਰੀਨ ਫਿਰੋਜ਼ੀ ਐਂਡ ਮਸਟਰਡ ਕਲਰ ਦਾ ਇਸ ਤਰ੍ਹਾਂ ਸਾਰੀ ਸ਼ਰਟ ਦੇ ਲੁੱਕ ਆਏਗੀ ਜੀ ਡਿਜ਼ਾਈਨਰ ਇਹਦੇ ਨਾਲ ਜਿਹੜੇ ਬਾਜ਼ੂ ਬਣੇ ਹੋਏ ਨੇ ਜੋ ਵੀ ਬਹੁਤ ਸਮਾਰਟ ਹੈ ਇਸ ਤਰ੍ਹਾਂ ਬਾਜ਼ੂ ਦੇ ਵਿੱਚ ਵੀ ਤੁਹਾਨੂੰ ਸਕੈਲਪਿੰਗ ਦਾ ਵਰਕ ਮਿਲੇਗਾ ਬਾਟਮ ਇਹਦੇ ਨਾਲ ਸਿਲਕ ਵਿੱਚ ਆਏਗੀ ਜੀ ਔਰ ਦੁਪੱ लो जी डिजाइनर दुब्टा आएगा जी दुब्टे चारों साइड से स्कैलपिंग है तुम तो इस तरह ही सेम शर्ट से भी स्कैल्पिंग लैसते होरनर देखो जी किन्ने प्यारे बने हुए हैं फोर कोर्नर सारे इस तरह ही बिग फ्लावर आने बूटे बने आन गए और सेंटर समॉल सारा जा है इस तरह ये लुकाएगी सारे पीस दर लुकाएगी जी सारे कॉन्सैप्ट आइटम नंबर साइड दी के जी अवेली ट्वेंटी सैवन रेंज बहुत ही अच्छी है बिकॉज इट इज़ ए हैंडवर्क पीस प्योर ओरगैनजा तो उत्तर टू बाय टू से और नाल सिल्क का बॉटम आएगा आइटम नंबर ट्वेंटी सैवन है जी रेंजी आएगी सिक्स थ्री टू फाइव सिक्सटी थ्री ट्वेंटी फाइव है जी एंड न्यूली लॉन्च आर्टिकल्स ने लिमिटेड क्वलिट क्वान्टिट्टी के अवेलेबल ने नैक्सट चलो जी ने नैक्सट सो सिल्क बेस से एक नवा होर कॉन्सैप्ट दिखा रहे हैं जी स्टील ग्रे आएगा ਇਸ ਦਾ ਸਟੀਲ ਗ੍ਰੇ ਕਲਰ ਦਾ ਕਨਸੈਪਟ ਹੈਗਾ ਬਹੁਤ ਪਿਆਰਾ ਬਣਿਆ ਹੋਇਆ ਸਾਰੀ ਸ਼ਰਟ ਦਾ ਦੇਖ ਸਕਦੇ ਹੋ ਕਿ ਉਸ ਸ਼ਰਟ ਦੇ ਵਿੱਚ ਜਿਹੜੀ ਐਮਬਰਾਇਡਰੀ ਹੈ ਬਹੁਤ ਸਮਾਰਟ ਕੀਤੀ ਹੋਈ ਹੈ ਨੀਚੇ ਜਿਹੜਾ ਕੇਰਾ ਹੈ ਜੀ ਇਸ ਤਰ੍ਹਾਂ ਸਾਰਾ ਜਿਹੜਾ ਕੇਰਾ ਹੈਗਾ ਪਹਿਲਾਂ ਨਲਕੀ ਦੇ ਨਾਲ ਔਰ ਉੱਪਰ ਇਸ ਤਰ੍ਹਾਂ ਮੋਟਿਫ ਬਣਿਆਨਗੇ ਮਲਟੀ ਕਲਰ ਸੀਕਵੈਂਸ ਦੇ ਨਾਲ ਇਹ ਜਿਹੜਾ ਸੇਮ ਕੇਰਾ ਹੈ ਜੀ ਇਹ ਸੇਮ ਉੱਪਰ ਕੰਟੀਨਿਊ ਹੋ ਰਿਹਾ ਸੇਮ ਅਗਲੀ ਯੋਕ ਦੇ ਵਿੱਚ ਸਿਰਫ ਇਹਦੇ ਵਿੱਚ ਹੈ ਕਿ ਥੱਲੇ نیچے 3 ਬੁੱਟੇ ਲੱਗੇ ਨੇ ਫਿਰ 2 ਹੋਏਗਾ ਕੰਟੀਨਿਊ ਫਿਰ ਵਨ ਹੈ ਔਰ neck ਦੇ ਵਿੱਚ alterative ਦੋਨੋਂ ਸਾਈਡ ਸੇ ਇਸ ਤਰ੍ਹਾਂ ਬੂਟੇ ਬਣ ਜਾਣਗੇ ਸੋ ਡਿਜ਼ਾਈਨਰ ਕਨਸੈਪਟ ਹੈਗਾ ਜੇ ਇਹ ਵੀ ਗਰਲਿਸ਼ ਕਨਸੈਪਟ ਆਏਗਾ ਸੇਮ ਕਲਰ ਦੀ ਨਾਲ ਬਾਟਮ ਮਿਲੇਗੀ ਤੁਹਾਨੂੰ ਔਰ sleeve ਸੇ embroidery ਆਏਗੀ ਇਹ ਵਾਲੀ ਜਿਹੜੀ embroidery ਤੁਹਾਡੀ sleeves ਦੇ ਉੱਤੇ ਆਣਗੇ ਜੀ ਸੇਮ ਕਲਰ ਦਾ ਨਾਲ silk ਦਾ bottom ਹੈ this comes to the very nice contrast dupatta contrast dupatta ਆਏਗਾ ਜੀ ਇਸ ਤਰ੍ਹਾਂ ਇਹਦਾ pure ਦਾ dupatta ਹੈ ਜੀ tabby silk ਦਾ ਜਿਹਦੇ ਵਿੱਚ ਚਾਰੋਂ ਸਾਈਡ ਸੇ border ਦੇਖ ਸਕਦੇ ਹੋ ਬਹੁਤ ਪਿਆਰਾ ਬਣਿਆ ਹੋਇਆ scalping ਦੇ ਵਿੱਚ corners ਆਣ ਕੇ ਬਣੇ ਹੋਏ ਵਨ ਸਾਈਡ ਤੇ ਬੂਟੇ ਆਣਗੇ ਜੀ ਔਰ ਵਨ ਸਾਈਡ ਤੇ ਇਸ ਤਰ੍ਹਾਂ ਸਾਰਾ ਨਲਕੀਆਂ ਦੀ ਐਮਬਰਾਇਡਰੀ ਹੈਗੀ ਹੈ ਡਿਜ਼ਾਈਨਰ ਦੁਪੱਟੇ ਦੇ ਵਿੱਚ ਇਹ ਲੋਕ ਆਏਗੀ ਦੀ ਸਾਰੇ ਪੀਸ ਦੀ ਆਈਟਮ ਨੰਬਰ ਸਾਡੀ ਆਈਸ ਦੀ ਹੈ ਜੀ ਇਹ ਬਲੀ 28 ਔਰ ਰੇਂਜ ਦੇ دی ਆਏਗੀ ਸਿਰਫ 4575 ਦੀ 4575 ਪ੍ਰਾਈਸ ਹੈ ਜੀ ਦਾ ਆਈਟਮ ਨੰਬਰ ਸਾਡੀ ਆਈਸ ਦੀ 28 ਹੈਗੀ ਹੈ ਨੈਕਸਟ ਚਲੋ ਜੀ ਨੈਕਸਟ ਅਨੋਇਕ ਬ੍ਰਾਂਡਡ ਕਨਸੈਪਟ ਦਿਖਾਣਾ ਦੀ ਰਾਸ ਦਾ वीविंग का कॉन्सैप्ट प्योर मुडाल के पीस बने आएगा जी ये वाला बहुत सोबर बहुत एलीगेंट कॉन्सैप्ट है जो सा कस्टमर नहीं ज़्यादा लाइक करते भी एम्ब्रॉयडरी वेयर करना उन्होंने वास्ते बहुत प्यारा पीस है इस तरह सारी शर्ट की लुक आएगी जी देख हो लॉन्ग शर्ट बनी हुई है घेरा सारा इस तरह फैब्रिक आएगा दुबई फैब्रिक स्कैल्पिंग वाला नीचे घेरा बनया है जो बेस थीम है जीता पिस्ता कलर का है ਉੱਪਰ ساری ਸ਼ਰਟ ਵਿੱਚ ਵੀਵਿੰਗ ਆਏਗੀ ਔਰ ਨਾਲ ਪ੍ਰਿੰਟਿੰਗ ਹੈ ساری ਕਾਨੀ ਪ੍ਰਿੰਟਿੰਗ ਕੀਤੀ ਹੋਈ ਹੈ ਨੀਚੇ ਕੇਰੇ ਦੇ ਵਿੱਚ ਸਾਰੇ ਪੀਸ ਦੇ ਵਿੱਚ ਜਿਹੜੀ ਲੁੱਕ ਹੈ ਜੀ ਬਹੁਤ ਸਟਰਲ ਲੁੱਕ ਆਏਗੀ ਇਸ ਪੀਸ ਦੀ ਇਸ ਤਰ੍ਹਾਂ ਸ਼ਰਟ ਦਾ ਫਰੰਟ ਹੈ ਜੀ ਔਰ ਬੈਕ ਵੀ ਜਿਹੜਾ ਹੈ ਸੇਮ ਆਏਗਾ ਫਰੰਟ ਬੈਕ ਦੋਨੋਂ ਸੇਮ ਪ੍ਰਿੰਟ ਵਿੱਚ ਹੈਗਾ ਬਾਟਮ ਇਹਦਾ ਪਿਸਤਾ ਕਲਰ ਦਾ ਆਏਗਾ ਟਾਫਟਾ ਸਿਲਕ ਦਾ ਨਾਲ ਜਿਹੜਾ ਦੁਪੱਟਾ ਹੈ ਜੀ ਉਹ ਵੀ ਬਹੁਤ ਸਮਾਰਟ ਹੈ ਬ੍ਰਾਂਡਡ ਆਰਟੀਕਲ ਆਏਗਾ ਜੀ ਰਸ ਦਾ ਦੁਪੱਟਾ ਇਹਦੇ ਵਿੱਚ ਪਿਓਰ ਦੇ ਵਿੱਚ ਮਿਲੇਗਾ ਤੁਹਾਨੂੰ ਮੋਡਲ ਕਾਟਨ ਦੇ ਵਿੱਚ ਇਸ ਦਾ ਦੁਪੱਟਾ ਆਏਗਾ ਜੀ ਪਿਓਰ ਮੋਡਲ कॉटन ਦਾ ਪੱਲੇ ਇਸ ਡਿਜ਼ਾਈਨਰ ਬਣੇ ਆਣਗੇ ਸੈਂਟਰ ਵਿੱਚ ਸਾਰੇ ਇਸ ਤਰ੍ਹਾਂ ਸਟ੍ਰਾਈਪਸ ਹੈਗੇ ਨੇ ਇਹ ਲੁੱਕ ਆਏਗੀ ਦੀ ਸਾਰੇ ਪੀਸ ਦੀ ਆਈਟਮ ਨੰਬਰ ਸਾਡੀ ਆਜ ਦੀ ਕੀ ਹੈ ਜੀ एवਲੀ 29 ਰੇਂਜ ਇਹ ਦੀ ਆਏਗੀ 3910 3910 ਦੀ ਰੇਂਜ ਪੀਸ ਆਏਗਾ ਜੀ ਆਈਟਮ ਨੰਬਰ 29 ਹੈਗੀ ਹੈ ਨੈਕਸਟ ਚਲੋ ਜੀ ਜਿਵੇਂ ਕਿ ਤੁਹਾਨੂੰ ਪਤਾ ਜੀ ਆ ਜਿਹੜਾ ਲਾਸਟ ਪੀਸ ਹੁੰਦਾ ਹੈ that is supposed to be very special ਉਸ ਤਾਈਂ ਤੁਹਾਨੂੰ ਇੱਕ ਨਵਾਂ ਬ੍ਰਾਂਡ ਨਿਊ ਆਰਟੀਕਲ ਦਿਖਾ ਰਹੇ ਹਾਂ ਬਹੁਤ ਹੀ ਸਪੈਸ਼ਲ ਹੈਗਾ एंड दिस कम्स इन सोलो ब्लैक कलर ब्लैक कलर का कॉन्सैप्ट जी येंजा ये का सूट आएगा बहुत प्यारा डिजाइनर, देख सकते हो सारी शर्ट का इस तरह लुक आएगी ब्लैक कलर की नीचे जो घेरा बनया हुआ है सारा स्कैलपिंग देरा है सिक्युंस दे के वर्क स्कैलपिंग का घेरा है और बहुत प्यारे इस तरह बर्ड मोटिव के मोटिवस आन विच सेंटर से बने हुए नोट करना जी असि होट पिंक कलर अं थ्रेड वर्क यूज़ कर रहे हैं बाकी सारा गोल्डन ब्लैक कलर की इंब्रॉयडरी हैगी ਸੈਂਟਰ ਦੇ ਸਾਰੇ ਸ਼ਰਟ ਦੇ ਸੈਂਟਰ 'ਚ ਇਸ ਤਰ੍ਹਾਂ ਸੇਮ ਐਮਬਰਾਇਡਰੀ ਜਾ ਰਹੀ ਹੈ ਜੀ ਉੱਪਰ ਤੱਕ ਇਹ ਲੋਕ ਆਏਗੀ ਸਾਰੀ ਸ਼ਰਟ ਦੀ ਇਹਦੇ ਨਾਲ ਜਿਹੜਾ ਬਣਿਆ ਹੋਇਆ ਹੈ ਜੀ ਇਸ ਤਰ੍ਹਾਂ 슬ੀਵਸ 슬ੀਵਸ ਵੀ ਬਹੁਤ ਪਿਆਰੇ ਬਣੇ ਆਣਗੇ ਡਿਫਰੈਂਟ ਸਾਰੇ 슬ੀਵਸ ਬਣੇ ਆਣਗੇ ਜੀ ਦੋਨੋਂ ਇਹਦੇ ਬਾਟਮ ਇਹਦੇ ਨਾਲ ਤੁਹਾਨੂੰ ਮਿਲੇਗਾ ਜੀ ਸਿਲਕ ਦਾ ਸੇਮ ਬਾਟਮ ਮਿਲੇਗਾ ਇਹਦੇ ਵਿੱਚ ਔਰਗੈਂਜ਼ਾ ਦਾ ਸੂਟ ਹੈਗਾ ਜੀ ਨਾਲ ਦੁਪੱਟਾ ਵੀ ਔਰਗੈਂਜ਼ਾ ਦੇ ਵਿੱਚ ਆਏਗਾ ਐਂਡ ਨਾਅ ਮ I ਗੋਇੰਗ ਟੂ ਸ਼ੋ ਯੂ ਕਿ ਅਸੀਂ ਹੌਟ ਪਿੰਕ ਕਲਰ ਕਿਉਂ ਯੂਜ਼ ਕੀਤਾ ਹੋਇਆ ਇਹਦੇ ਵਿੱਚ ਕਿਉਂਕਿ ਇਹਦਾ ਜਿਹੜਾ ਦੁਪੱਟਾ ਜੋ ਵੀ ਸਾਰਾ ऑर्गेन्जा ਦੀ ਚੁੰਨੀ ਆਏਗੀ ਜੀ ਡਿਜ਼ਾਈਨਰ ਚੁੰਨੀ ਇਹਦੇ ਵਿੱਚ ਜਿਹਦੇ ਵਿੱਚ ਪੱਲੇ ਸਾਰੇ ਹੈਵੀ ਬਣੇ ਹੋਏ ਨੇ ਸੇਮ ਕੇਰੇ ਦੇ ਵਿੱਚ ਸੈਂਟਰ ਵਿੱਚ ਸਾਰਾ ਇਸ ਤਰ੍ਹਾਂ ਬੂਟਾ ਆਏਗਾ ਔਰ ਚਾਰੋ ਸਾਈਡ ਸੇਮ ਸਕੈਲਪਿੰਗ ਦਾ ਵਰਕ ਹੈਗਾ ਇਹ ਲੁੱਕ ਆਏਗੀ ਜੀ ਸਾਰੇ ਪੀਸ ਦੀ ਬਲੈਕ ਕਲਰ ਦੇ ਨਾਲ ਕਨਸੈਪਟ ਹੈਗਾ ਜੀ ਹੌਟ ਪਿੰਕ ਕਲਰ ਦਾ ਬਹੁਤ ਪਿਆਰਾ ਬਣਿਆ ਹੋਇਆ ਪੀਸ ਹੈਗਾ ਉੱਪਰ ਤੋਂ ਥੋੜਾ ਇਕੱਠਾ ਕਰਕੇ ਰੱਖਦੇ ਕਲਰ ਆ ਜਾਊਗਾ ਇਸ ਹਾਂ ਇਦਾਂ ਨਾਲ ਇਹ ਲੁੱਕ ਆਏਗੀ ਜੀ ਸਾਰੇ ਪੀਸ ਦੀ ਕਲਰ ਕੰਬੀਨੇਸ਼ਨ ਦੇਖ ਸੰਦੋ ਜੀ ਸੁਪਰ ਹਿੱਟ ਹੈਗਾ ਔਰ ਜਿਹੜਾ ਕੁਆਂਟੀਟੀ ਹੈ ਜੀ ਬਹੁਤ ਲਿਮਟਿਡ ਹੈਗੀ ਹੈ ਇਹਦੀ ਆਈਟਮ ਨੰਬਰ ਸਾਡੀ ਆਜ ਦੀ ਹੈ ਜੀ 30 ਔਰ ਰੇਂਜ ਦੀ ਆਏਗੀ 6900 ਦੀ 6900 ਪ੍ਰਾਈਸ ਹੈ ਜੀ ਦਾ ਆਈਟਮ ਨੰਬਰ 30 ਹੈ ਸਾਡੀ ਆਜ ਦੀ ਔਰ ਇਹਦੇ ਨਾਲ ਹੀ ਤੁਹਾਨੂੰ ਜਿਹੜੀ ਇਹ ਵਾਲੀ ਵੀਡੀਓ ਦਿਖਾ ਰਹੇ ਸੀ ਕਾਟਨ ਦੀ ਔਰ ਪਾਰਟੀ ਵੀਰ ਵੀਡੀਓ ਆਜਾ ਸੀ ਐਂਡ ਕਰ ਰਹੇ ਹਾਂ ਸਾਡੇ 3 ਜਿਹੜੇ ਨੰਬਰਸ ਨੇ ਜੀ WhatsApp ਦੇ ਇੱਕ ਵਾਰੀ ਫਿਰ ਤੋਂ ਤੁਸੀਂ ਨੋਟ ਕਰ ਸਕਦੇ ਹੋ ਇਹ ਨੰਬਰਸ ਅਵੇਲੇਬਲ ਨੇ WhatsApp ਦੇ ਉੱਤੇ ਜੋ ਵੀ ਤੁਹਾਨੂੰ ਆਰਟੀਕਲ ਅੱਛਾ ਲੱਗਿਆ ਜੀ ਤੁਸੀਂ ਪਹਿਲੀ ਗੱਲ ਤੋਂ ਉਹਦਾ ਆਰਡਰ ਪਲੇਸ ਕਰਨਾ ਹੈ 3 ਨੰਬਰਸ 'ਤੇ ਕਿਸੇ ਵੀ ਇੱਕ ਨੰਬਰ 'ਤੇ ਸੈਕਿੰਡ ਆਫ ਆਲ ਜੇ ਤੁਹਾਨੂੰ ਆਰਟੀਕਲਸ ਅੱਛੇ ਲੱਗੇ ਹੋਣ ਕੰਟੈਂਟ ਅੱਛਾ ਲੱਗੇ ਹੋਵੇ ਤੁਸੀਂ ਜ਼ਰੂਰ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ ਆਪਣਾ ਫੀਡਬੈਕ ਦੇ ਸਕਦੇ ਆ ਕਿਉਂ ਐਂਡ ਥੈਂਕ ਯੂ ਸੋ ਮੱਚ ਫॉर ਬੀਇੰਗ ਵਿਦ ਅਸੀ ਸਾਰੀ ਵੀਡੀਓ ਦੇਖਣ ਦੇ ਲਈ ਨੈਕਸਟ ਵੀਡੀਓ ਤੁਹਾਨੂੰ ਅਸੀਂ 1 ਆਵਰ ਬਾਅਦ ਦਿਖਾਵਾਂਗੇ ਰੈਡੀमेड ਸੂਟਸ ਦੀ ਰੈਡੀमेड ਡ्रेसेस ਐਂਡ ਸੂਟਸ ਆਣਗੇ ਨੈਕਸਟ ਵੀਡੀਓ ਦੇ ਵਿੱਚ ਐਗਜ਼ੈਕਟਲੀ 1 ਆਵਰ ਬਾਅਦ ਥੈਂਕ ਯੂ ਸੋ ਮੱਚ ਜੀ ਸ਼ਸ਼ਕਲ